ਸ੍ਰੀ ਵਾਹਿਗੁਰੂ ਸਾਹਿਬ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਡੰਡਾਉਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਭਰਿਆ ਰੇ ਜਬ ਲਾਉ ਨਹੀਂ ਪਾਗਲ ਲਾਰ ਉਦੈ ਤਬ ਲਉ ਭਰਮ ਤੇ ਫਿਰਤੇ ਬਹੁਤ ਆਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ
ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹ ਆਇਓ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹੱਲਾ ਪੰਜਵਾ, ਘਰ ਚੌਥਾ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਨਾਥ ਨਰ ਹਰਿ ਦੀਨ ਬੰਦਪ, ਪਤਿਤ ਪਾਵਨ ਦੇਵ, ਭੈ ਤ੍ਰਾਸ ਨਾਸ ਕਿਰਪਾਲ ਗੁਣ ਨਿਧ, ਸਫਲ ਸੁਆਮੀ ਸੇਵ, ਹਰ ਗੋਪਾਲ ਗੁਰ ਗੋਬਿੰਦ, ਚਰਨ ਸਰਨ ਦਇਆਲ ਕੇਸਵ, ਤਾਰ ਜਗ ਭਵ ਸਿੰਧ, ਨਾਥ ਨਰ ਹਰ ਦੀਨ ਬੰਧਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਣਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬਨਵਾਜ, ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਮੁੱਖ ਵਾਕ ਉਚਾਰਨ ਕੀਤੇ ਹਨ,
ਜੋ ਵੀ ਕੋਈ ਪ੍ਰਾਣਧਾਰੀ ਜੀਵ ਮਹਾਰਾਜ ਸਿੰਘ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਸਰਵਣ ਕਰ ਲੈਂਦਾ ਉਸ ਜੀਵ ਦੇ ਦੁੱਖ ਕੱਟੇ ਜਾਂਦੇ ਹਨ, ਪਾਪ ਕਰਮਾਂ ਤੋਂ ਰਹਿਤ ਹੋ ਜਾਂਦਾ, ਹਿਰਦਾ ਨਿਰਮਲ ਹੋ ਜਾਂਦਾ, ਜੀਵਨ ਦੇ ਅੰਦਰ ਸੁਚੇਤ ਹੋ ਕਰਕੇ ਫਿਰ ਆਪਣਾ ਜੀਵਨ ਨਿਰਵਾਹ ਕਰਦਾ, ਕਦਮ ਕਦਮ ਕੇ ਵਿਚਾਰ ਕਰਕੇ ਚੱਲਦਾ। ਜੋ ਵੀ ਕੋਈ ਪੁਰਾਣਾ ਧਾਰੀ ਜੀ ਮਹਾਰਾਜ ਸਿੰਘ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਸਰਵਣ ਕਰ ਲੈਂਦਾ, ਜੋ ਇਹ ਕਥਾ ਸੁਣੈ ਅਰ ਗਾਵੈ, ਦੁੱਖ ਪਾਪ ਤਿਹ ਨਿਕਟ ਨਾ ਆਵੈ। ਜਿੰਨੀ ਦੇਰ ਤੱਕ ਬੇਸਮਝ ਹੁੰਦਾ ਜ਼ਿੰਦਗੀ ਵਿੱਚ, ਪਤਾ ਨਹੀਂ ਕਿੰਨੇ ਕੁ ਵਾਰ ਵਾਰ ਪਾਪ ਕਰਮ ਕਰਦਾ ਰਹਿੰਦਾ, ਜਿਨ੍ਹਾਂ ਦੇ ਬਾਬਤ ਪਤਾ ਵੀ ਨਹੀਂ ਹੁੰਦਾ। ਇੱਕ ਤਾਂ ਉਹ ਹੁੰਦੇ ਆ ਸੰਸਾਰ ਦੇ ਅੰਦਰ ਜੀਵ, ਪਤਾ ਹੋਣ ਦੇ ਬਾਵਜੂਦ ਵੀ ਬੁਰੇ ਕਰਮ ਕਰਨ ਨੂੰ ਟਲਦੇ ਨਹੀਂ ਹੈ। ਪਰਮੇਸ਼ੁਰ ਦਾ ਭੈ ਹਿਰਦੇ ਵਿੱਚ ਨਾ ਹੋਣੇ ਕਰਕੇ, ਕਿਸੇ ਦਾ ਡਰ ਖੌਫ ਨਾ ਹੋਣੇ ਕਰਕੇ ਉਹ ਪਾਪ ਕਰਮ ਕਰਦੇ ਅਤੇ ਚਿਤਵਦੇ ਰਹਿੰਦੇ ਨੇ। ਪਰ ਇੱਕ ਉਹ ਸੰਸਾਰ ਦੇ ਜੀਵ ਹਨ ਜਿਨ੍ਹਾਂ ਤੋਂ ਅਣਜਾਣ ਪੁਣੇ ਵਿੱਚ ਭਾਵ ਬੇਸਮਝੀ ਕਰਕੇ ਗੁਨਾਹ ਹੋ ਜਾਂਦੇ ਨੇ, ਪਾਪ ਕਰਮ ਹੋ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਜੀਵ ਨੂੰ ਸਮਝ ਪੈਂਦੀ ਹੈ ਨਾ, ਫਿਰ ਪਾਪ ਕਰਮਾਂ ਤੋਂ ਤੋਬਾ ਕਰਦਾ, ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਦਾ ਹੈ। ਐਸੀ ਗਰੀਬਨ ਆਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਦੇ ਅੰਦਰ ਜੋ ਦਾਤ ਬਖਸ਼ਿਸ਼ ਕੀਤੀ ਹੈ ਕਿ ਵਾਹਿਗੁਰੂ ਜੀ ਦੀ ਅਕਾਥ ਕਥਾ ਸਰਵਣ ਕਰਨੇ ਕਰਕੇ ਜੀਵ ਨੂੰ ਸਮਝ ਪੈ ਜਾਂਦੀ ਹੈ ਕਿ ਇਸ ਢੰਗ ਦੇ ਨਾਲ ਮੈਂ ਜੀਵਨ ਨਿਰਵਾਹ ਕਰਨਾ, ਕਿਸ ਮਾਰਗ 'ਤੇ ਚੱਲ ਕੇ ਜੀਵਨ ਦੀ ਸਫਲਤਾ ਹੋ ਸਕਦੀ ਹੈ, ਨਹੀਂ ਤਾਂ ਜ਼ਿੰਦਗੀ ਭਰ ਹੋਰ ਹੀ ਸੰਸਾਰ ਦੇ ਸਾਧਨਾ ਰੂਪੀ ਰਸਤਿਆਂ ਨੂੰ ਧਾਰਨ ਕਰਦਾ ਰਹਿੰਦਾ ਹੈ। ਇੱਕ ਰਸਤਾ ਧਾਰਨ ਕੀਤਾ, ਜੇ ਨਹੀਂ ਸੁੱਖ ਮਿਲਿਆ ਤਾਂ ਹੋਰ ਕੋਈ ਸਾਧਨ ਦਾ ਰਸਤਾ ਧਾਰਨ ਕਰ ਲਿਆ, ਜੇ ਫਿਰ ਵੀ ਮਨ ਨੂੰ ਸ਼ਾਂਤੀ ਨਹੀਂ ਮਿਲੀ ਤਾਂ ਪਤਾ ਨਹੀਂ ਕਿੰਨੇ ਕਿੰਨੇ ਸੰਸਾਰ ਦੇ ਸਾਧਨ ਹਨ, ਉਹਨਾਂ ਰਸਤਿਆਂ 'ਤੇ ਚੱਲ ਕੇ ਸ਼ਾਂਤੀ ਮਨ ਦੀ ਇਕਾਗਰਤਾ ਪਾਉਣ ਦਾ ਯਤਨ ਤਾਂ ਕਰਦਾ, ਪਰ ਹੋਰ ਵੀ ਕਈ ਗੁਣਾ ਵੱਧ ਮਨ ਦੀ ਭਟਕਣਾ ਸ਼ੁਰੂ ਹੋ ਜਾਂਦੀ ਹੈ। ਪਰ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਜੀਵ ਨੂੰ ਸਮਝ ਪੈਂਦੀ ਹੈ, ਹੇ ਜੀਵ, ਪਰਮੇਸ਼ੁਰ ਦੇ ਭਜਨ ਕੀਤੇ ਤੋਂ ਬਿਨਾਂ, ਸੇਵਾ ਸਿਮਰਨ ਤੋਂ ਬਿਨਾਂ ਕਦੇ ਚਿੱਤ ਨੂੰ ਇਕਾਗਰ ਨਹੀਂ ਕੀਤਾ ਜਾ ਸਕਦਾ। ਮਹਾਰਾਜ ਸਤਿਗੁਰੂ ਜੀ ਨੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਪਰ ਉਪਕਾਰ, ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਜੀਵਾਂ ਨੂੰ ਸੁੱਖ ਦੇਣ ਦੇ ਲਈ ਬੇਅੰਤ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਨੇ ਉਪਕਾਰ ਕੀਤੇ ਹੈ। ਪਰਮਾਤਮਾ ਜੀ ਦਾ ਜਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਗਰੀਬਨ ਵਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਸਤ ਸੰਗਤ ਜੀ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਜਰੀ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਚੌਥੇ ਘਰ ਸੁਰਤਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 508 ਅੰਗ 'ਤੇ ਸ਼ਬਦ ਉਚਾਰਨ ਕਰ ਰਹੇ ਹਨ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਰਮਾਤਮਾ ਦਾ ਮੰਗਲ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ ਓਅੰਕਾਰ, ਸਰਬ ਜੀਵਾਂ ਦਾ ਪ੍ਰਕਾਸ਼ਕ ਹੈ, ਦੇਸ਼ ਕਾਲ ਵਸਤੂ ਤੋਂ ਰਹਿਤ ਪਰਮਾਤਮਾ ਜੀ ਦਾ ਸਰੂਪ ਹੈ। ਜਿੰਨੇ ਵੀ ਸੰਸਾਰ ਦੇ ਜੀਵ ਜੰਤੂ ਹਨ ਸਾਧ ਸੰਗਤ ਜੀ, ਉਹ ਦੇਸ਼ ਕਾਲ ਅਤੇ ਵਸਤੂ ਦੇ ਅੰਦਰ ਆਉਂਦੇ ਆ, ਪਰ ਪਰਮਾਤਮਾ ਨਾਲ ਤਾਂ ਇੱਕ ਦੇਸ਼ੀ ਹੈ, ਨਾ ਕਾਲ ਦੇ ਅਧੀਨ ਹੋਣ ਵਾਲਾ ਹੈ। ਅਤੇ ਸਾਧ ਸੰਗਤ ਜੀ ਵਸਤੂ ਤੋਂ ਵਿਅਕਤੀਗਤ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਜਿੰਨੇ ਵੀ ਤਮਾਮ ਸੰਸਾਰ ਭਰ ਦੇ ਜੀਵ ਜੰਤੂ ਹੈ, ਇਹ ਸਭ ਦੇਸ਼ ਕਾਲ ਵਸਤੂ ਦੇ ਵਿੱਚ ਆਉਣ ਵਾਲੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਪਰਮਾਤਮਾ ਦਾ ਸਰੂਪ ਹੈ, ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਹੈ। ਉਹ ਪਰਮਾਤਮਾ ਸੰਸਾਰ ਦੇ ਜੀਵਾਂ ਦੀ ਤਰ੍ਹਾਂ ਜਾਤਾਂ ਦੇ ਵਿੱਚ ਨਹੀਂ ਹੈ, ਨਾ ਪ੍ਰਜਾਤੀਆਂ ਹੋਰ ਸੰਸਾਰ ਦੇ ਪਸ਼ੂ ਪਰਿੰਦਿਆਂ ਵਾਲੀਆਂ ਪ੍ਰਜਾਤੀਆਂ ਦੇ ਵਿੱਚ ਆਉਂਦਾ। ਸਵੈਗਤ ਭੇਦਾਂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ, ਇਕਸਾਰ ਰਹਿਣ ਵਾਲਾ ਹੈ, ਨਾ ਉਹ ਵੱਢੇ ਨਾ ਘਟਦਾ ਜਾਏ, ਅਕੁੱਲ ਨਿਰੰਜਨ ਇੱਕ ਹੈ ਭਾਏ, ਐਸਾ ਪਰਮਾਤਮਾ ਦਾ ਸਰੂਪ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਹਜ਼ੂਰ ਕਹਿੰਦੇ ਸਤ ਸਦਾ ਰਹਿਣ ਵਾਲਾ ਗੁਰ ਚੇਤਨ ਸਰੂਪ ਹੈ, ਅਤੇ ਪ੍ਰਸਾਦ ਇੱਕ ਰਾਸ ਰਹਿਣ ਵਾਲਾ ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਕਰਕੇ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਸਾਹਿਬ ਜੀ ਨੇ ਪਹਿਲਾਂ ਮੰਗਲ ਉਚਾਰਨ ਕੀਤਾ ਅਤੇ ਹੁਣ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਨਾਥ ਨਰ ਹਰ ਦੀਨ ਬੰਧਵ। ਹੇ ਪਿਆਰੇ ਪਰਮਾਤਮਾ, ਸਾਰੀ ਸ੍ਰਿਸ਼ਟੀ ਦੇ ਆਪ ਜੀ ਮਾਲਕ ਹੋ, ਸਾਰੀ ਕਾਇਨਾਤ ਦੇ ਨਾਥ ਹੋ, ਨਰ ਹਰ ਪਰਮੇਸ਼ਰ ਨਰਸਿੰਘ ਦਾ ਰੂਪ ਧਾਰਨ ਕਰਨ ਵਾਲਾ ਮਹਾਰਾਜ ਆਪ ਜੀ ਦਾ ਸਵਰੂਪ ਹੈ। ਨਰਾਂ ਦੇ ਪਰਮੇਸ਼ਰ ਪਾਪ ਕਰਮਾਂ ਨੂੰ ਹਰਨ ਵਾਲੇ, ਔਗੁਣਾਂ ਨੂੰ ਹਰਨ ਵਾਲੇ, ਦੋਸ਼ਾਂ ਨੂੰ ਹਰਨ ਵਾਲੇ, ਵਿਕਾਰਾਂ ਨੂੰ ਨਾਸ਼ ਕਰਨ ਵਾਲਾ ਮਹਾਰਾਜ ਆਪ ਜੀ ਦਾ ਸਰੂਪ ਹੈ। ਬੰਧਵ, ਜਿਹੜੇ ਗਰੀਬ ਹਨ ਉਹਨਾਂ ਨੂੰ ਸੰਬੰਧੀਆਂ ਦੀ ਤਰ੍ਹਾਂ ਮਹਾਰਾਜ ਆਪ ਜੀ ਰੱਖਿਆ ਕਰਦੇ ਹੋ, ਤਿਹਨਾਂ ਦੀ ਆਪ ਕਿਰਪਾ ਕਰਕੇ ਸਹਾਇਤਾ ਕਰਦੇ ਹੋ, ਜਿਹੜੇ ਨਿਮਰਤਾਵਾਨ ਹੋ ਕਰਕੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। ਸਤ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਜੋ ਕੋਈ ਵੀ ਪ੍ਰਾਣਾ ਧਾਰੀ ਜੀਵ ਨਿਮਰਤਾਵਾਨ ਹੋ ਕੇ ਮਹਾਰਾਜ ਸ਼ਿਵ ਜੀ ਦੀ ਸ਼ਰਨ ਧਾਰਨ ਕਰ ਲੈਂਦਾ, ਉਸ ਨੂੰ ਫਿਰ ਦਰ ਦਰ 'ਤੇ ਠੋਕਰਾਂ ਨਹੀਂ ਖਾਣੀਆਂ ਪੈਂਦੀਆਂ। ਮਹਾਰਾਜ ਸਾਹਿਬ ਜੀ ਆਪਣੇ ਚਰਨਾਂ ਦੇ ਨਾਲ ਜੁੜ ਲੈਂਦੇ ਆ, ਆਪਣੇ ਕਰਦਰੋਂ ਕਰੋਂ ਸਿੱਖੀ ਦੀ ਦਾਤ ਨਾਮ ਦੀ ਦਾਤ ਦੇ ਕਰਕੇ ਮਹਾਰਾਜ ਸਾਹਿਬ ਜੀ ਨਿਵਾਜ ਦਿੰਦੇ ਹਨ। ਇਹ ਸਤਿਗੁਰੂ ਜੀ ਦਾ ਬਿਰਧ ਹੈ।
ਭਾਵੇਂ ਕੋਈ ਸਾਧ ਸੰਗਤ ਜੀ ਕਿਸੇ ਵੀ ਮਜ਼ਹਬ ਦਾ, ਕਿਸੇ ਜਾਤੀ ਦਾ, ਕਿਸੇ ਧਰਮ ਦਾ ਕੋਈ ਜੀਵ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਮਹਾਰਾਜ ਸਾਹਿਬ ਜੀ ਬਿਨਾਂ ਕੋਈ ਜਾਤੀ ਇਸ ਸੰਸਾਰ ਦੇ ਧਰਮਾਂ ਮਜ਼ਹਬਾਂ ਦੀ ਵਿਚਾਰ ਕਰਦਿਆਂ ਹੋਇਆਂ ਸਿੱਖੀ ਦੀ ਦਾਤ ਦੇ ਕਰਕੇ ਆਪਣਾ ਸਿੱਖ ਬਣਾ ਲੈਂਦੇ ਹਨ। ਸਾਧ ਸੰਗਤ ਜੀ ਕਿੰਨੇ ਸੰਸਾਰ ਭਰ ਦੇ ਅੰਦਰ ਐਸੇ ਮਹਾਨ ਪਿਆਰ ਵਾਲੇ ਸਿੱਖ ਹੋਏ ਨੇ। ਪਹਿਲਾਂ ਭਾਵੇਂ ਉਹਨਾਂ ਦਾ ਜੀਵਨ ਕੈਸਾ ਸੀ, ਪਰ ਜਦੋਂ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ, ਭਾਵੇਂ ਸਿੱਖ ਧਰਮ ਦੇ ਵਿੱਚ, ਭਾਵੇਂ ਸਿੱਖਾਂ ਦੇ ਘਰ ਵਿੱਚ ਵੀ ਉਹਨਾਂ ਦਾ ਜਨਮ ਨਹੀਂ ਸੀ ਹੋਇਆ, ਪਰ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨੇ ਕਰਕੇ ਕਿੰਨਾ ਪਿਆਰ, ਕਿੰਨਾ ਸਨਮਾਨ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੋਇਆ। ਫਿਰ ਜੀਵਨ ਭਰ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਣ ਕਰਕੇ ਰਹਿ ਗਏ ਨੇ। ਭਾਵੇਂ ਕੋਈ ਸਾਧ ਸੰਗਤ ਜੀ ਦੁਸ਼ਮਣ ਵੀ ਚੜ੍ਹ ਕਰਕੇ ਆਉਂਦਾ ਰਿਹਾ, ਪਰ ਗਰੀਬ ਨਿਵਾਜ ਸਤਿਗੁਰੂ ਜੀ ਦੀ ਜਦੋਂ ਆ ਕਰਕੇ ਨਿਮਰਤਾਵਾਨ ਹੋ ਕਰਕੇ ਗੁਰੂ ਚਰਨਾਂ 'ਤੇ ਝੁੱਕ ਕਰਕੇ ਨਮਸਕਾਰਾਂ ਕੀਤੀਆਂ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚੋਂ ਪਿਆਰ ਅਤੇ ਸਨਮਾਨ ਹੀ ਪ੍ਰਾਪਤ ਹੁੰਦਾ ਰਿਹਾ। ਐਸੀ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੀ ਵਡਿਆਈ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਨਾਥ ਨਰਹਰ ਦੀਨ ਬੰਧਵ। ਹੇ ਪਰਮਾਤਮਾ, ਤੈਨੂੰ ਦੀਨਾ ਬੰਧੂ ਕਿਹਾ ਜਾਂਦਾ ਹੈ, ਗਰੀਬਾਂ ਦਾ ਸੰਬੰਧੀ ਹੈ, ਸੰਬੰਧੀਆਂ ਦੀ ਤਰ੍ਹਾਂ, ਸਖੀਆਂ ਦੀ ਤਰ੍ਹਾਂ, ਪਿਆਰਿਆਂ ਦੀ ਤਰ੍ਹਾਂ ਪਰਮੇਸ਼ੁਰ ਤੂੰ ਉਹਨਾਂ ਦੀ ਸਹਾਇਤਾ ਕਰਨ ਵਾਲਾ। ਜਿਨ੍ਹਾਂ ਮਹਾਰਾਜ ਨਿਮਾਣਿਆਂ ਦਾ ਕੋਈ ਮਾਣ ਨਹੀਂ, ਉਹਨਾਂ ਦਾ ਮਾਣ ਰੂਪ ਹੋ ਕਰਕੇ ਸਹਾਇਕ ਬਣਦਾ ਹੈ। ਜਿਨ੍ਹਾਂ ਨਿਤਾਣਿਆਂ ਦਾ ਤਾਣ ਨਹੀਂ, ਪਰਮੇਸ਼ੁਰ ਉਹਨਾਂ ਦਾ ਬਲ ਰੂਪ ਹੋ ਕਰਕੇ ਤੂੰ ਨਾਲ ਨਿਭਦਾ, ਸਰਬ ਥਾਵਾਂ 'ਤੇ ਰੱਖਿਆ ਕਰਦਾ। ਜਿਨ੍ਹਾਂ ਨੇ ਆਸਰਿਆਂ ਦਾ ਕੋਈ ਆਸਰਾ ਨਹੀਂ, ਉਹਨਾਂ ਨੂੰ ਆਸਰਾ ਰੂਪ ਹੋ ਕਰਕੇ ਪਰਮੇਸ਼ੁਰ ਆਪ ਹੀ ਉਹਨਾਂ ਦੀ ਪਰਵਰਿਸ਼ ਕਰਦਾ ਹੈ। ਮਹਾਰਾਜ ਹਜ਼ੂਰ ਨੇ ਬਚਨ ਕੀਤੇ ਆ ਨਾ, ਇਸ ਪਰਮਾਤਮਾ ਜੀ ਦਾ ਬਿਰਧ ਹੈ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨੇ ਓਟਿਆਂ ਦੇ ਓਟ, ਨੇ ਆਸਰਿਆਂ ਦਾ ਆਸਰਾ, ਨੇ ਗੱਤਿਆਂ ਦੇ ਗੱਤ ਹੋ, ਨੇ ਪੱਤਿਆਂ ਦੇ ਪੱਤ ਹੋ, ਨੇ ਧਾਰਿਆਂ ਦੇ ਧਰ ਹੋ, ਐਸਾ ਮਹਾਰਾਜ ਆਪ ਜੀ ਦਾ ਬਿਰਧ ਹੈ। ਕੋਈ ਵੀ ਪ੍ਰਾਣੀ ਮਾਤਰ ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕਰ ਲੈਂਦਾ, ਮਹਾਰਾਜ ਆਪ ਕਿਰਪਾ ਕਰਕੇ ਉਹਨਾਂ ਦੀ ਸੰਬੰਧੀਆਂ ਦੀ ਤਰ੍ਹਾਂ, ਮਹਾਰਾਜ ਕਿਰਪਾ ਕਰਕੇ ਆਪ ਉਹਨਾਂ ਦੀ ਪਰਵਰਿਸ਼ ਕਰਨ ਵਾਲੇ ਹੋ। ਪਾਤਿਤ ਪਾਵਨ ਦੇਵ, ਤੇ ਦੇਵ ਨਾਮ ਪ੍ਰਕਾਸ਼ ਸਰੂਪ ਦਾ ਹੈ। ਇਹ ਪਰਮਾਤਮਾ, ਹੇ ਪ੍ਰਕਾਸ਼ ਰੂਪ ਸਤਚੇਤਨ ਆਨੰਦ ਬ੍ਰਹਮ ਸਰੂਪ ਪਰਮਾਤਮਾ ਜੀ, ਆਪ ਜੀ ਪਤਿਤ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ। ਕਿੰਨੇ ਸਾਧ ਸੰਗਤ ਜੀ ਪਾਪੀਆਂ ਦਾ ਉਧਾਰ ਕੀਤਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਕਵੀਆਂ ਨੇ ਬਚਨ ਕਥਨ ਕੀਤੇ ਹਨ, ਤਾਰੇ ਗਿਣੇ ਜਾਤ ਨਾ ਤਾਰੇ ਗਿਣਾਤ ਹੈ। ਆਕਾਸ਼ ਦੇ ਤਾਰਿਆਂ ਨੂੰ ਗਿਣਨਾ ਭਾਵੇਂ ਨਾਮੁਮਕਿਨ ਹੈ, ਪਰ ਉਹਨਾਂ ਤਾਰਿਆਂ ਦੀ ਕੋਈ ਗਿਣਤੀ ਕਰ ਲਵੇ ਤਾਂ ਭਾਵੇਂ ਕਰ ਹੀ ਲਵੇ, ਪਰ ਜਿੰਨੇ ਜੀਵਾਂ ਨੂੰ ਭਵ ਸਾਗਰ ਤੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤਾਰਿਆ, ਉਹ ਅਣਗਿਣਤ ਸੰਸਾਰ ਦੇ ਜੀਵ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਬੇਅੰਤ ਜੀਵਾਂ ਦਾ ਉਧਾਰ ਕੀਤਾ ਹੈ, ਜਿਹੜੇ ਕੋ ਪਾਪੀ ਵੀ ਸਨ ਉਹਨਾਂ ਪਾਪੀਆਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਸਿੱਧੇ ਰਸਤੇ 'ਤੇ ਪਾਇਆ, ਗਰੀਬ ਨਿਵਾਜ ਸਤਿਗੁਰਾਂ ਨੇ ਪਵਿੱਤਰ ਕਰ ਦਿੱਤਾ। ਐਸਾ ਨਾਮ ਅਤੇ ਸੱਚੇ ਨਾਮ ਦਾ ਉਪਦੇਸ਼ ਦੇ ਕਰਕੇ ਸਤਿਗੁਰੂ ਜੀ ਨੇ ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿੱਤਾ।
ਜਿਹੜੇ ਕੋਈ ਪਖੰਡ ਕਾਦ ਕਰਨ ਵਾਲੇ ਪਖੰਡੀ ਸਨ, ਜਿਹੜੇ ਕੋਈ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕਰਕੇ ਕਰਮ ਕਾਂਡ ਕਰਨ ਵਾਲੇ ਕਰਮ ਕਾਂਡੀ ਸਨ, ਤਿਹਨਾਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਪ੍ਰੇਮਾ ਭਗਤੀ ਦਾ ਮਾਰਗ ਦਰਸਾ ਕੇ ਸਿੱਧੇ ਰਸਤੇ 'ਤੇ ਤੋਰ ਦਿੱਤਾ। ਜਿਹੜੇ ਜੀਵ ਕਰਾਹੇ ਪਏ ਹੋਏ ਸਨ, ਦਰ ਦਰ 'ਤੇ ਠੋਕਰਾ ਖਾਂਦੇ ਫਿਰਦੇ ਸਨ, ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੇ ਕਰਕੇ ਚੰਗੇ ਰਸਤੇ 'ਤੇ ਤੋਰਿਆ ਕਿ ਹੇ ਜੀਵਾ, ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾਂ ਕਦੇ ਵੀ ਪਾਰ ਉਤਾਰਾ ਨਹੀਂ ਹੋ ਸਕਦਾ। ਜਿੰਨੇ ਮਰਜ਼ੀ ਹੋਰ ਸਾਧਨ ਕਰ ਕਰਕੇ ਦੇਖ ਲਓ, ਐਸਾ ਗਰੀਬ ਨਿਵਾਜ ਸਤਿਗੁਰੂ ਜੀ ਦਾ ਬਿਰਦ ਹੈ। ਪਤਿਤ ਪਾਵਨ ਦੇਵ ਮਹਾਰਾਜ, ਆਪ ਜੀ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ। ਸਾਧ ਸੰਗਤ ਜੀ, ਜਿਹੜੇ ਜੀਵ ਸੰਸਾਰ ਦੇ ਅੰਦਰ ਕੋਈ ਚੰਗੇ ਕਰਮ ਕਰਦੇ, ਉਹਨਾਂ ਨੂੰ ਹਰ ਕੋਈ ਚੰਗਾ ਆਖਦਾ ਹੈ। ਕੋਈ ਮੰਦਾ ਕਰਮ ਕਰੇ ਤਾਂ ਉਹਨੂੰ ਕਹਿੰਦਾ ਕਿ ਹਰ ਕੋਈ ਆਖਦਾ ਕਿ ਮੰਦਾ ਹੈ, ਇਹ ਔਗਣਹਾਰ ਹੈ, ਇਸਨੇ ਪਾਪ ਕਰਮ ਕੀਤਾ, ਇਹ ਪਾਪੀ ਹੈ। ਇੱਦਾਂ ਦੇ ਨਾਮ ਦੇ ਨਾਲ ਸੰਸਾਰ ਦੇ ਅੰਦਰ ਉਹਨਾਂ ਨੂੰ ਬੋਲਿਆ ਜਾਂਦਾ ਹੈ। ਅਤੇ ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਦਾ ਐਸਾ ਬਿਰਧ ਹੈ। ਸਤ ਸੰਗਤ ਜੀ, ਭਾਵੇਂ ਕੋਈ ਔਗਣਹਾਰ ਹੈ, ਭਾਵੇਂ ਕੋਈ ਗੁਨਾਹਗਾਰ, ਭਾਵੇਂ ਵੱਡੇ ਤੋਂ ਵੱਡਾ ਕੋਈ ਪਾਪੀ ਹੈ, ਜੇ ਭਾਵਨਾ ਸਹਿਤ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ ਲੈਂਦਾ, ਸਤਿਗੁਰੂ ਜੀ ਉਸ ਨੂੰ ਵੀ ਘੋਟ ਕਰਕੇ ਗਲ ਦੇ ਨਾਲ ਲਗਾ ਕੇ ਚੰਗਾ ਉਪਦੇਸ਼ ਦੇ ਕਰਕੇ ਨਿਵਾਜ ਦਿੰਦੇ ਹਨ। ਇਹ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦਾ ਬਿਰਧ ਹੈ, ਸਤਿਗੁਰਾਂ ਦੀ ਪਰਮ ਵਡਿਆਈ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਹੈ ਕਿ ਗੁਣ ਕਰੈ ਗੁਣ ਸਭ ਕੋ ਕਰੈ ਕਿਰਪਾ ਨਿਧਾਨ, ਅਵਗੁਣ ਕੀਏ ਗੁਣ ਤੋਂ ਹੀ ਬਣ ਆਇਓ ਹੈ। ਮਹਾਰਾਜ, ਔਗੁਣ ਹਾਰਿਆਂ ਦੇ ਨਾਲ ਵੀ ਆਪ ਜੀ ਦਾ ਇਹ ਪਿਆਰ ਬਣਦਾ, ਨਹੀਂ ਤਾਂ ਸੰਸਾਰ ਦੇ ਲੋਕ ਤਾਂ ਥੁੱਕ ਕਰਕੇ ਦੁਰਕਾਰ ਕੇ ਲੰਘ ਜਾਂਦੇ ਕਿ ਇਸ ਨੇ ਪਾਪ ਕਰਮ ਕੀਤਾ, ਇਸ ਨੇ ਬੁਰਾ ਕਰਮ ਕੀਤਾ, ਇਸ ਮਨੁੱਖ ਨੇ ਗੁਨਾਹ ਕੀਤਾ। ਮਹਾਰਾਜ ਕਹਿੰਦੇ ਕੋਈ ਵੀ ਉਹਨਾਂ ਨੂੰ ਨੇੜੇ ਨਹੀਂ ਬੈਠਣ ਦਿੰਦਾ, ਪਰ ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਜੇ ਗੁਨਾਹਗਾਰ, ਪਾਪੀ, ਹਥਿਆਰਾ, ਪਤਿਤ ਜੀਵ ਵੀ ਆਪ ਜੀ ਦੀ ਸ਼ਰਨ ਵਿੱਚ ਆ ਜਾਂਦਾ, ਉਸ ਨੂੰ ਵੀ ਆਪ ਜੀ ਪਵਿੱਤਰ ਕਰ ਦਿੰਦੇ ਹੋ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ, ਕਿਹੜਾ ਜੀਵ ਹੈ ਸੰਸਾਰ ਅੰਦਰ ਜਿਸ ਨੇ ਪਰਮੇਸ਼ਰ ਦਾ ਨਾਮ ਜਪਿਆ ਹੋਵੇ ਅਤੇ ਉਹਦਾ ਕਲੰਕ ਲੱਗਾ ਰਹਿ ਗਿਆ ਹੋਵੇ। ਪਰਮਾਤਮਾ ਦੇ ਨਾਮ ਜਪਣੇ ਕਰਕੇ ਜੀਵ ਪਾਪੀ ਤੋਂ ਪਾਵਨ ਹੋ ਜਾਂਦਾ, ਪਵਿੱਤਰ ਬਣ ਜਾਂਦਾ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਪਏ ਰਾਮ ਕਹਿਤ ਹੀ। ਮਹਾਰਾਜ ਕਹਿੰਦੇ ਪਾਪੀ ਵੀ ਪਾਵਨ ਬਣ ਗਏ ਜਿਨ੍ਹਾਂ 'ਤੇ ਗਰੀਬ ਨਿਵਾਜ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਨਾਮ ਦੇ ਦੇਖ ਕਰਕੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਚਰਣਾਂ ਦੇ ਨਾਲ ਜੋੜ ਲਿਆ ਹੈ। ਤ੍ਰਾਸ ਨਾਸ ਕਿਰਪਾਲ ਗੁਣ ਨਿਧ, ਹੇ ਗੁਣਾਂ ਦੇ ਖਜ਼ਾਨੇ ਕਿਰਪਾਲੂ ਪਰਮਾਤਮਾ ਜੀ, ਜਿਨ੍ਹਾਂ ਜੀਵਾਂ 'ਤੇ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ ਮਹਾਰਾਜ, ਉਹਨਾਂ ਦਾ ਹਰ ਪ੍ਰਕਾਰ ਦਾ ਭੈ, ਖੌਫ ਉਹਨਾਂ ਦੇ ਮਨ ਵਿੱਚੋਂ ਖਤਮ ਹੋ ਜਾਂਦਾ, ਨਾਸ਼ ਹੋ ਜਾਂਦਾ। ਇਹ ਸੰਸਾਰ ਦੇ ਅੰਦਰ ਵੀ ਸਾਧ ਸੰਗਤ ਜੀ, ਕਿੰਨੇ ਕਿੰਨੇ ਡਰਾਂ ਦਾ ਡਰ ਮਨ ਵਿੱਚ ਬਣਿਆ ਰਹਿੰਦਾ, ਫਿਰ ਪਰਲੋਕ ਰਸਤੇ ਦਾ ਭੈ ਕਿ ਜਮ ਗਲ ਵਿੱਚ ਫਾਹ ਪਾ ਕਰਕੇ ਲੈ ਜਾਂਦੇ ਨੇ। ਧਰਮਰਾਜਾ ਫਿਰ ਬਹੁਤ ਸਜਾਵਾਂ ਦਿੰਦਾ ਹੈ ਪਾਪ ਕਰਮਾਂ ਨੂੰ, ਜਦੋਂ ਵਾਜਦਾ ਨਾ ਕਰਮਾਂ ਦੀ ਵਿਚਾਰ ਕਰਦਾ, ਵਿਚਾਰ ਰੂਪੀ ਤੱਕੜ ਵਿੱਚ ਪਾ ਕਰਕੇ ਜਦੋਂ ਤੋਲਦਾ, ਸਤਿਗੁਰੂ ਜੀ ਕਹਿੰਦੇ
ਦੇ ਭੈ ਤ੍ਰਾਸ ਨਾਸ ਕਿਰਪਾ ਗੁਣ ਨਿਧ ਜਿਨ੍ਹਾਂ ਨੇ ਉਹਨਾਂ ਦੇ ਦਿਲਾਂ ਨੇ ਪਰਮੇਸ਼ੁਰ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ, ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਉਹਨਾਂ ਦੇ ਹਰ ਪ੍ਰਕਾਰ ਦੇ ਡਰ, ਮੌਤ ਦਾ ਡਰ, ਜਮਨ ਮਰਨ ਦਾ ਡਰ ਪਰਮੇਸ਼ੁਰ ਨੇ ਦੂਰ ਕਰ ਦਿੱਤੇ ਹਨ। ਸਫਲ ਸੁਆਮੀ ਸੇਵ ਦੇ ਅੰਦਰ ਪਰਮਾਤਮਾ ਦੀ ਭਗਤੀ ਰੂਪ ਕੀਤਾ ਹੋਈ ਸੇਵਾ ਸਫਲੀ ਹੋ ਗਈ ਹੈ, ਕਿਉਂਕਿ ਕਿਹੜੀ ਦਾਤ ਹੈ ਜਿਹੜੀ ਗੁਰੂ ਚਰਨਾਂ ਦੀ ਸੇਵਾ ਕਰਨੇ ਕਰਕੇ ਨਹੀਂ ਪ੍ਰਾਪਤ ਹੋ ਸਕਦੀ। ਹਰ ਇੱਕ ਦਾਤ ਮਿਲ ਜਾਂਦੀ ਹੈ ਜੇ ਭਾਵਨਾ ਸਹਿਤ ਹੋ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ, ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿਨ ਨਾ ਲੱਭਿਆ ਤੇ। ਮਹਾਰਾਜ ਕਹਿੰਦੇ ਜੀ ਪਰਮੇਸ਼ੁਰ ਕਿਰਪਾ ਕਰਕੇ ਦਿਆਲੂ ਹੋ ਜਾਵੇ, ਕਿਰਪਾਲੂ ਹੋ ਜਾਵੇ, ਮਿਹਰਬਾਨ ਹੋ ਕਰਕੇ ਮਿਹਰ ਕਰ ਦਿੰਦਾ ਅਤੇ ਹਰ ਇੱਕ ਦਾਤ ਜੀਵ ਦੀ ਝੋਲੀ ਵਿੱਚ ਪੈ ਜਾਂਦੀ ਹੈ। ਜੇ ਸ਼ਰਧਾ ਭਾਵਨਾ ਸਹਿਤ ਹੋ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਦਾ ਤਾਂ ਮਹਾਰਾਜ ਕਹਿੰਦੇ ਸਫਲ ਸੁਆਮੀ ਸੇਵ, ਕਹਿੰਦੇ ਹਨ ਕਿ ਇਹ ਜੀਵ ਤੇਰੇ ਕੀਤੀ ਹੋਈ ਸੇਵਾ ਸਫਲੀ ਹੋ ਜਾਵੇਗੀ, ਨਿਮਰਤਾਵਾਨ ਹੋ ਕਰਕੇ ਕਰਿਆ ਕਰ। ਕਿਉਂਕਿ ਗੁਰੂ ਚਰਨਾਂ ਦੀ ਸੇਵਾ ਕਰਨੀ ਬੜੀ ਦੁੱਤਰ ਹੈ, ਹੰਕਾਰ ਰੂਪੀ ਸੀਸ ਵੱਢ ਕੇ ਨਿਮਰਤਾ ਦੇ ਘਰ ਵਿੱਚ ਆ ਕੇ ਗੁਰੂ ਚਰਨਾਂ ਦੀ ਸੇਵਾ ਹੋ ਸਕਦੀ ਹੈ। ਹੰਕਾਰੀ ਬੰਦਾ ਕਦੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰ ਸਕਦਾ। ਸਤਿਗੁਰਾਂ ਨੇ ਉਚਾਰਨ ਕੀਤਾ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ, ਬੜੀ ਕਠਿਨ ਹੈ, ਬੜੀ ਗਾਖੜੀ ਸੇਵਾ ਗੁਰੂ ਚਰਨਾਂ ਦੀ। ਫਿਰ ਜੋ ਭਾਵਨਾ ਸਿੱਧ ਹੋ ਕਰਕੇ ਸੇਵਾ ਕਰ ਲੈਂਦਾ ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਹਜ਼ੂਰ ਕਹਿੰਦੇ ਹੰਗਤਾ ਮਮਤਾ ਜੀਵ ਦੇ ਹਿਰਦੇ ਵਿੱਚੋਂ ਅਭਾਵ ਹੋ ਜਾਂਦੀ, ਚਿੱਤ ਨਿਰਮਲ ਹੋ ਜਾਂਦਾ, ਮਨ ਦੀਆਂ ਸਭ ਭਾਵਨਾਵਾਂ ਸਤਿਗੁਰੂ ਜੀ ਪੂਰੀਆਂ ਕਰ ਦਿੰਦੇ ਜੇ ਭਾਵਨਾ ਸਿੱਧ ਹੋ ਕੇ ਗੁਰੂ ਚਰਨਾਂ ਦੀ ਸੇਵਾ ਕਰਦਾ ਹੈ। ਅਤੇ ਮਹਾਰਾਜ ਕਹਿੰਦੇ ਸਫਲ ਸੁਆਮੀ ਸੇਵ, ਹੇ ਮੇਰੇ ਮਾਲਕ ਪਰਮਾਤਮਾ ਜੀ, ਜਿਨ੍ਹਾਂ 'ਤੇ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ, ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ, ਤਿਨ੍ਹਾਂ ਨੇ ਭਾਵਨਾ ਸਿੱਧ ਹੋ ਕੇ ਆਪ ਜੀ ਦੀ ਫਲਾਂ ਸਿੱਧ ਸੇਵਾ ਕਰ ਲਈ ਹੈ। ਹਰ ਗੋਪਾਲ ਗੁਰ ਗੋਬਿੰਦ, ਹਰੀ ਅਕਾਲ ਪੁਰਖ ਪਰਮਾਤਮਾ ਜੀ ਦਾ ਐਸਾ ਸਵਰੂਪ ਹੈ ਗੋਪਾਲ, ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ। ਗੁਰ ਗੋਬਿੰਦ ਗੁਰ ਪੂਜਨਿਕ ਪਰਮਾਤਮਾ, ਇੰਦਰੀਆਂ ਨੂੰ ਵੀ ਮਹਾਰਾਜ ਕਹਿੰਦੇ ਕਿ ਸਦਾ ਦੇਣ ਵਾਲਾ, ਸ਼ਕਤੀ ਦੇਣ ਵਾਲਾ ਪਰਮਾਤਮਾ ਹੈ। ਗੋਬਿੰਦ ਗੋ ਨਾਮ ਬਾਣੀ ਦੇ ਸਤ ਸੰਗਰ ਜੀ ਵੇਦ ਬਾਣੀ ਦੇ ਜਾਣਨ ਯੋਗ ਹੈ। ਗੋ ਇੰਦਰੀਆਂ ਨੂੰ ਬਿੰਦ ਰੱਖਿਆ ਕਰਨ ਵਾਲਾ, ਚਲਾਉਣ ਵਾਲਾ ਹੈ। ਸੰਸਾਰ ਭਰ ਦੇ ਸਰਬ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਪਰਮੇਸ਼ੁਰ ਹੈ। ਚਰਨ ਸਰਨ ਦਇਆਲ ਕੇਸਵ, ਹਜ਼ੂਰ ਕਹਿੰਦੇ ਐਸੇ ਕੇਸਵ ਅਕਾਲ ਪੁਰਖ ਪਰਮਾਤਮਾ ਦੇ ਜਿਹੜੇ ਨਾਮ ਰੂਪੀ ਚਰਨ ਕਮਲ ਹਨ, ਜਿਹੜਾ ਜੀਵ ਭਾਵਨਾ ਸਿੱਧ ਹੋ ਕਰਕੇ ਧਾਰਨ ਕਰ ਲੈਂਦਾ, ਆਪਣੇ ਹਿਰਦੇ ਅੰਦਰ ਧਾਰਨ ਕਰਦਾ ਹੈ। ਤਾਰ ਜਗ ਭਵ ਸਿੰਧ, ਪਰਮਾਤਮਾ ਉਸ ਜੀਵ ਨੂੰ ਕਦੇ ਸੰਸਾਰ ਸਮੁੰਦਰ ਦੇ ਵਿੱਚ ਡੁੱਬਣ ਨਹੀਂ ਦਿੰਦਾ। ਨਾਮ ਦਾ ਆਸਰਾ ਦੇ ਕਰਕੇ, ਨਾਮ ਰੂ ਬੇੜੇ 'ਤੇ ਚਾੜ ਕਰਕੇ ਜੀਵ ਨੂੰ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਇਹ ਪਰਮਾਤਮਾ ਦਾ ਬਿਰਦ ਹੈ। ਪਰਮੇਸ਼ੁਰ ਜਿਸ ਜੀਵ 'ਤੇ ਕਿਰਪਾ ਕਰ ਦਿੰਦਾ ਹੈ, ਸਤਿ ਸੰਗਤ ਜੀ
ਅਸੀਂ ਅਰਦਾਸ ਕਰਦੇ ਸਮੇਂ ਹਰ ਰੋਜ਼ ਬਚਨ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਸਤਿਗੁਰੂ ਜੀ ਭਵ ਸਾਗਰ ਤੋਂ ਪਾਰ ਕਰਨ ਦੇ ਸਮਰੱਥ ਹਨ। ਜਿਨ੍ਹਾਂ ਵੀ ਜੀਵਾਂ ਨੇ ਮਹਾਰਾਜ ਸਾਹਿਬ ਜੀ ਕਹਿੰਦੇ ਪਰਮਾਤਮਾ ਦੇ ਨਾਮ ਰੂਪ ਚਰਨ ਕਮਲਾਂ ਨੂੰ ਹਿਰਦੇ ਅੰਦਰ ਵਸਾ ਲਿਆ, ਪਰਮੇਸ਼ਰ ਦਾ ਨਾਮ ਸਵਾਸ ਸਵਾਸ ਜਪਿਆ, ਉਹ ਸੁਤੇ ਸਿੱਧ ਹੀ ਤਾਰ ਜਗ ਭਵ ਸਿੰਧ ਪਰਮਾਤਮਾ ਨੇ ਭਾਰਦਾਇਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤੇ ਹਨ। ਦੁਬਾਰਾ ਉਹਨਾਂ ਨੂੰ ਜੰਮਣ ਮਰਨ ਰੂਪੀ ਗੋਤੇ ਨੇ ਖਾਣੇ ਪਏ, ਵਾਰ ਵਾਰ ਟੇਢੀ ਅੰਜੂਨਾਂ ਦੇ ਵਿੱਚ ਉਹਨਾਂ ਨੂੰ ਜਨਮ ਨੇ ਧਾਰਨ ਕਰਨਾ ਪਿਆ। ਪਰਮਾਤਮਾ ਨੇ ਐਸੀ ਨਾਮ ਦੀ ਦਰ ਦੇ ਕਰਕੇ ਉਹਨਾਂ ਨੂੰ ਨਿਵਾਜ ਦਿੱਤਾ ਹੈ, ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਕਾਮ ਕ੍ਰੋਧ ਹਰਨ ਮਦ ਮੋਹ ਮੋਹ ਦਹਿਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਐਸਾ ਆਪ ਜੀ ਦਾ ਬਿਰਧ ਹੈ, ਮੰਦੀ ਵਾਸ਼ਨਾ ਨੂੰ ਜੀਵ ਦੇ ਹਿਰਦਿਓ ਮੇਟ ਦਿੰਦੇ ਹੋ, ਕ੍ਰੋਧ ਵਾਰ ਵਾਰ ਗੁੱਸਾ ਹੀ ਧਾਰਨ ਕਰਦੇ ਰਹਿਣਾ, ਜਿਨ੍ਹਾਂ ਵਿਕਾਰਾਂ ਕਰਕੇ ਜੀਵ ਦਾ ਵਾਰ ਵਾਰ ਜੰਮਣ ਮਰਨ ਦਾ ਗੇੜ ਬਣਿਆ ਰਹਿੰਦਾ ਹੈ, ਵਾਰ ਵਾਰ ਜਨਮ ਦਾ ਮਰਦਾ ਰਹਿੰਦਾ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਣ ਹੈ। ਹੇ ਵਿਕਾਰ, ਕਾਮਰੂਪੇ ਵਿਕਾਰ, ਸੰਸਾਰ ਦੇ ਜੀਵਾਂ ਨੂੰ ਤੂੰ ਨਰਕਾਂ ਦੇ ਵਿੱਚ ਲੈ ਕਰਕੇ ਜਾਣ ਵਾਲਾ, ਨਰਕਾਂ ਦੀ ਅੱਗ ਦੇ ਵਿੱਚ ਜੀਵਾਂ ਨੂੰ ਸਾੜਨ ਵਾਲਾ, ਬਹੁਤੀਆਂ ਜੂਨਾਂ ਵਿੱਚ ਵਾਰ ਵਾਰ ਭਟਕਾਉਣ ਵਾਲਾ ਹੈ। ਅਤੇ ਕ੍ਰੋਧ ਦੇ ਪ੍ਰਥਾਏ ਵੀ ਸਤਿਗੁਰਾਂ ਨੇ ਉਚਾਰਨ ਕੀਤਾ, ਹੇ ਕਲ ਮੂਲ ਕ੍ਰੋਧੰ ਕਦੰਚ ਕਰਣਾ ਨਾ ਉਪਰਜਤੇ। ਹੇ ਕ੍ਰੋਧਾ, ਜਿਸ ਜੀਵ ਦੇ ਹਿਰਦੇ ਅੰਦਰ ਤੂੰ ਆ ਜਾਂਦਾ ਹੈ ਨਾ, ਪ੍ਰਵੇਸ਼ ਹੋ ਜਾਂਦਾ, ਉਸ ਹਿਰਦੇ ਅੰਦਰ ਕਦੇ ਵੀ ਦਇਆ ਨਹੀਂ ਪੈਦਾ ਹੋਣ ਦਿੰਦਾ। ਜਿਸ ਬੰਦੇ ਅੰਦਰ ਕ੍ਰੋਧ ਆ ਜਾਂਦਾ ਨਾ, ਕ੍ਰੋਧੀ ਬੰਦੇ ਨੂੰ ਸਤ ਸੰਗਤ ਜੀ ਕੁਝ ਨਹੀਂ ਪਤਾ ਚੱਲਦਾ। ਜੇਕਰ ਕੋਈ ਗੁੱਸੇ ਵਿੱਚ ਆ ਜਾਵੇ, ਕਿਸੇ ਨਾਲ ਝਗੜਾ ਕਰਨ ਲੱਗ ਪਵੇ, ਜੇ ਸਮਝਾਉਣ ਦਾ ਯਤਨ ਵੀ ਕੀਤਾ ਜਾਵੇ, ਕਹਿੰਦਾ ਨਾ ਮੈਨੂੰ ਨਾ ਕੁਝ ਹੁਣ ਦਿਸਦਾ ਅਤੇ ਨਾ ਸੁਣਦਾ। ਜਿਵੇਂ ਕਹਿੰਦੇ ਕਿ ਕ੍ਰੋਧੀ ਬੰਦਾ ਅੰਨਾ ਬੋਲਾ ਹੋ ਜਾਂਦਾ, ਕ੍ਰੋਧ ਜੀਵ ਦੇ ਹਿਰਦੇ ਅੰਦਰ ਪ੍ਰਵੇਸ਼ ਕਰ ਜਾਵੇ ਅਤੇ ਅੰਨਾ ਬੋਲਾ ਕਰ ਦਿੰਦਾ, ਪਤਾ ਹੀ ਨਹੀਂ ਚੱਲਦਾ। ਬਾਅਦ ਵਿੱਚ ਭਾਵੇਂ ਪਸ਼ਚਾਤਾਪ ਕਰੇ, ਜਦੋਂ ਕ੍ਰੋਧ ਤੁਰੈਤ ਹੁੰਦਾ, ਮਨ ਸ਼ਾਂਤ ਹੁੰਦਾ। ਅਤੇ ਵਿਦਵਾਨ ਪੁਰਖਾਂ ਨੇ ਸਾਧ ਸੰਗਤ ਜੀ ਇਹ ਕ੍ਰੋਧ ਰੂਪੀ ਜ਼ਹਿਰ ਨੂੰ ਇੱਦਾਂ ਕਥਨ ਕੀਤਾ, ਕਹਿੰਦੇ ਹਨ ਕਿ ਜਿਵੇਂ ਇੱਕ ਜ਼ਹਿਰ ਹੁੰਦੀ ਹੈ, ਕਿਸੇ ਭਾਂਡੇ ਵਿੱਚ ਪਾ ਕੇ ਰੱਖੀਏ ਅਤੇ ਭਾਂਡੇ ਦਾ ਨੁਕਸਾਨ ਨਹੀਂ ਕਰਦੀ, ਜਿਹੜਾ ਮਨੁੱਖ ਉਸ ਜ਼ਹਿਰ ਨੂੰ ਪੀਂਦਾ ਉਹਦਾ ਨੁਕਸਾਨ ਕਰਦੀ, ਉਹਨੂੰ ਮੌਰ ਦੇ ਮੂੰਹ ਵਿੱਚ ਪਾ ਦਿੰਦੀ ਹੈ, ਉਹ ਜ਼ਹਿਰ ਦਾ ਸੁਭਾਅ। ਮਹਾਰਾਜ ਕਹਿੰਦੇ ਪਰ ਕ੍ਰੋਧ ਰੂਪੀ ਜ਼ਹਿਰ ਇੱਦਾਂ ਦੀ ਹੈ, ਜਿਸ ਹਿਰਦੇ ਰੂਪ ਭਾਂਡੇ ਵਿੱਚ ਪੈ ਜਾਵੇ, ਇਸ ਹਿਰਦੇ ਨੂੰ ਵਾਰ ਵਾਰ ਸਾੜਦੀ ਰਹਿੰਦੀ, ਹਿਰਦਾ ਤਪਦਾ ਰਹਿੰਦਾ, ਸੜਦਾ ਰਹਿੰਦਾ, ਕਦੇ ਵੀ ਮਨ ਸ਼ਾਂਤ ਨਹੀਂ ਹੁੰਦਾ, ਇੱਦਾਂ ਦੀ ਸਤ ਸੰਗਤ ਜੀ ਕ੍ਰੋਧ ਰੂਪੀ ਜ਼ਹਿਰ ਦੀ ਹਾਲਤ ਹੈ। ਅਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਕਾਮ ਕ੍ਰੋਧ ਹਰਨ ਮਦ ਮੋਹ ਦਹਿਨ। ਪਰਮਾਤਮਾ ਇਹਨਾਂ ਵਿਕਾਰਾਂ ਨੂੰ ਆਪ ਜੀ ਨਾਸ਼ ਕਰਨ ਵਾਲੇ ਹੋ। ਫਿਰ ਮਦ ਨਾਮ ਹੰਕਾਰ ਦਾ ਹੈ, ਹੇ ਅਹੰਕਾਰ ਮੂਲੰ ਮੂਲੰ ਪਾਪਾਤਮਾ। ਕਹਿੰਦੇ ਜਿਹੜਾ ਮਨੁੱਖ ਪਾਪ ਕਰਮ ਕਰਦਾ, ਅਹੰਕਾਰ ਦੇ ਅਧੀਨ ਹੋ ਕਰਕੇ ਵਾਰ ਵਾਰ ਪਾਪ ਕਰਮ ਕਰਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਹ ਦਹਿਨ, ਇਹ ਜਿਹੜੇ ਪੰਜੇ ਵਿਕਾਰ ਹੈ ਨਾ,
ਇਹਨਾਂ ਨੂੰ ਨਾਸ਼ ਕਰਨ ਵਾਲਾ ਪਰਮਾਤਮਾ ਆਪ ਹੈ। ਪਰਮੇਸ਼ੁਰ ਕਿਰਪਾ ਕਰੇ ਤਾਂ ਇਹਨਾਂ ਦਾ ਬਲ ਅਭਾਵ ਹੁੰਦਾ, ਨਹੀਂ ਤਾਂ ਇਹਨਾਂ ਪੰਜਾਂ ਦੇ ਅਧੀਨ ਹੋ ਕਰਕੇ ਹੀ ਜ਼ਿੰਦਗੀ ਪਰ ਪਾਪ ਕਰਮ ਕਰਦਾ ਰਹਿੰਦਾ ਹੈ। ਸਤਿਗੁਰੂ ਜੀ ਨੇ ਉਚਾਰਨ ਕੀਤਾ ਕਿ ਮਨੁੱਖ ਜਦੋਂ ਵੀ ਬੁਰੇ ਕਰਮ ਕਰਦਾ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਕਰਦਾ, ਜਦੋਂ ਵੀ ਪਾਪ ਕਰਮ ਕਰਦਾ, ਪਾਪ ਕਰਹੇ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਮਹਾਰਾਜ ਕਹਿੰਦੇ, ਇਹ ਫਿਰ ਕਹਿੰਦਾ ਕਿ ਮੈਂ ਕੋਈ ਨਹੀਂ ਗੰਗਾ ਇਸ਼ਨਾਨ ਕਰਕੇ ਅਤੇ ਪਾਪ ਕਰਮ ਲਾ ਲਵਾਂਗਾ, ਇੱਥੇ ਕਿਹੜਾ ਕਿਸੇ ਨੇ ਪੁੱਛਣਾ। ਪਰ ਗੁਰਮਤਿ ਦਾ ਜਿਹੜਾ ਅਸੂਲ ਸਾਧ ਸੰਗਤ ਜੀ, ਸੰਸਾਰ ਦੀ ਮਰਜ਼ਾਦਾ ਤੋਂ ਨਾਲੋਂ ਬਹੁਤ ਵੱਖਰਾ ਹੈ। ਜਿਹੜੀ ਗੁਰਮਤਿ ਦੀ ਮਰਜ਼ਾਦਾ ਹੈ ਉਹ ਸੰਸਾਰ ਦੀ ਮਰਜ਼ਾਦਾਵਾਂ ਦੇ ਨਾਲੋਂ ਬਹੁਤ ਨਿਵੇਕਲੀ ਹੈ। ਗਰੀਬ ਨਿਵਾਜ, ਸਤਿਗੁਰੂ ਜੀ ਨੇ ਉਚਾਰਨ ਕੀਤਾ, ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵਹੇ ਹੋਹੇ ਨਿਸੰਕ, ਜਮਪੁਰ ਬਾਂਧ ਖਰੇ ਕਲੰਕ। ਜਦੋਂ ਜਮਾਪੁਰੀ ਵਿੱਚ ਜੀਵ ਨੂੰ ਵੱਧਾ ਜਾਂਦਾ, ਫਿਰ ਉੱਥੇ ਕਲੰਕ ਲੱਗਾ ਹੋਇਆ ਦਾਗ ਸਾਹਮਣੇ ਉੱਗੜ ਆਉਂਦਾ। ਇੱਥੇ ਤਾਂ ਭਾਵੇਂ ਕਹੀ ਜਾਂਦਾ ਮੇਰਾ ਮਨ ਸਾਫ਼ ਹੋ ਗਿਆ ਜੀ, ਮੈਂ ਗੰਗਾ ਇਸ਼ਨਾਨ ਕਰ ਲਿਆ, ਤੀਰਥ 'ਤੇ ਜਾ ਕਰਕੇ ਇਸ਼ਨਾਨ ਕਰ ਲਿਆ, ਪਰ ਮਹਾਰਾਜ ਕਹਿੰਦੇ ਉਹ ਪਾਪ ਕਰਮ ਉੱਗੜ ਆਉਂਦਾ ਹੈ। ਇਸ ਕਰਕੇ ਹਜ਼ੂਰ ਨੇ ਉਚਾਰਨ ਕੀਤਾ, ਹੇ ਪਰਮਾਤਮਾ, ਕਾਮ ਕ੍ਰੋਧ ਹਰਨ ਮਦ ਮੋਹ ਦਹਿਨ। ਹੇ ਪਰਮੇਸ਼ੁਰ, ਆਪ ਇਹਨਾਂ ਵਿਕਾਰਾਂ ਨੂੰ ਹਰਨ ਵਾਲੇ ਹੋ, ਦਹਿਨ ਇਹਨਾਂ ਨੂੰ ਪ੍ਰਚੰਡ ਬ੍ਰਹਮ ਸ਼ਬਦ ਰੂਪ ਪ੍ਰਚੰਡ ਅਗਨੀ 'ਤੇ ਸਾੜਨ ਵਾਲੇ ਹੋ। ਮੁਰਾਰ ਮਨ ਮਕਰੰਦ, ਹੇ ਮੁਰਾਰੀ ਪਰਮੇਸ਼ੁਰ, ਸਾਡਾ ਮਨ ਮਕਰੰਦ ਭੌਰੇ ਦੀ ਤਰ੍ਹਾਂ ਮਹਾਰਾਜ ਬਣਿਆ ਹੋਇਆ ਹੈ। ਆਪ ਜੀ ਦਾ ਕਮਲਵਤ ਸਰੂਪ, ਨਿਰਲੇਪ ਸਰੂਪ ਹੈ। ਸਾਡਾ ਮਨ ਭੌਰੇ ਦੀ ਤਰ੍ਹਾਂ ਮਹਾਰਾਜ ਆਪ ਜੀ ਦੇ ਕਮਲ ਰੂਪ ਸਰੂਪ ਦੇ ਵਿੱਚ ਆ ਕਰਕੇ ਭਗਤੀ ਰੂਪ ਸੁਗੰਧੀ ਮਾਨਣ ਵਾਸਤੇ ਮਹਾਰਾਜ ਆਇਆ ਹੈ। ਆਪ ਜੀ ਦੇ ਬ੍ਰਹਮਾਨੰਦ ਰੂਪ ਸਰੂਪ ਨੂੰ ਮਹਾਰਾਜ ਇਹ ਭਗਤੀ ਦੀ ਸੁਗੰਧੀ ਮਾਨਣ ਵਾਸਤੇ ਤੁਹਾਡੇ ਚਰਨਾਂ ਵਿੱਚ ਆਇਆ ਅਤੇ ਮਕਰੰਦ ਨਾਮ ਰਸ ਦਾ ਹੈ। ਜਿਸ ਜੀਵ ਦੇ ਹਿਰਦੇ ਸਾਧ ਸੰਗਤ ਜੀ ਵਿਕਾਰਾਂ ਦਾ ਬੋਲਬਾਲਾ ਹਟ ਜਾਂਦਾ, ਔਗੁਣ ਨਾਸ਼ ਹੋ ਜਾਂਦੇ, ਸ਼ੁਭ ਗੁਣ ਪ੍ਰਗਟ ਹੋ ਜਾਂਦੇ ਨੇ, ਉਹ ਫਿਰ ਪਰਮਾਤਮਾ ਦੇ ਚਰਨਾਂ ਨਾਲ ਚਿੱਤ ਨੂੰ ਜੋੜ ਕੇ ਵਾਹਿਗੁਰੂ ਜੀ ਦਾ ਨਾਮ ਰਸ ਦਾ ਆਨੰਦ ਮਾਣਦਾ ਹੈ। ਉਨੀ ਦੇਰ ਤੱਕ ਪਰਮੇਸ਼ੁਰ ਦਾ ਨਾਮ ਰਸ ਨਹੀਂ ਪ੍ਰਾਪਤ ਹੁੰਦਾ ਜਿੰਨੀ ਦੇਰ ਤੱਕ ਦੁਨੀਆਂ ਦੇ ਰਸਾਂ ਕਸਾਂ ਵਿੱਚ ਲੱਗਾ ਰਹਿੰਦਾ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਨ ਕੀਤਾ, ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨੀ ਦੇਰ ਤੱਕ ਵਾਹਿਗੁਰੂ ਜੀ ਦੇ ਰਸ ਨੂੰ ਪ੍ਰਾਪਤ ਨਹੀਂ ਕਰਦੀ, ਉਨੀ ਦੇਰ ਤੱਕ ਤੇਰੀ ਪਿਆਸ ਨਹੀਂ ਕਦੇ ਵੀ ਬੁੱਝਣ ਵਾਲੀ। ਇਹ ਰਸਨਾ ਉਹਨਾਂ ਚਿਰ ਕਦੇ ਵੀ ਸੰਸਾਰ ਦੇ ਪਦਾਰਥਾਂ ਨੂੰ ਛਕਣ ਤੋਂ, ਬੋਲਣ ਤੋਂ, ਮਹਾਰਾਜ ਕਹਿੰਦੇ ਤੇਰੀ ਤ੍ਰਿਪਤੀ ਹੋਣ ਵਾਲੀ ਨਹੀਂ ਹੈ। ਇਸ ਲਈ ਸੰਸਾਰ ਦੇ ਰਸਾਂ ਨੂੰ ਅਭਾਵ ਕਰਕੇ ਵਾਹਿਗੁਰੂ ਜੀ ਦੇ ਪਰਮ ਰਸ ਨੂੰ ਚਖਿਆ ਕਰ। ਮਹਾਰਾਜ ਕਹਿੰਦੇ ਹੇ ਪਰਮਾਤਮਾ, ਸਾਡਾ ਮਨ ਇਹ ਸੰਸਾਰ ਦੇ ਰਸਾਂ ਰੂਪ ਹੋ ਕਰਕੇ ਵਰਤ ਰਿਹਾ, ਪਰ ਆਪਨੇ ਕਿਰਪਾ ਕੀਤੀ ਆਪਣੇ ਚਰਨਾਂ ਦੇ ਨਾਲ ਜੁੜਦੇ ਹੈ। ਮਹਾਰਾਜ ਹੁਣ ਤੁਹਾਡੇ ਬ੍ਰਹਮਾਨੰਦ ਰੂਪੀ ਰਸ ਨੂੰ ਚੱਖਣ ਵਿੱਚ ਲੱਗਾ ਹੈ। ਜਨਮ ਮਰਨ ਨਿਵਾਰ ਧਰਨੀ ਧਰ, ਹੇ ਪਰਮੇਸ਼ੁਰ, ਜਿਨ੍ਹਾਂ 'ਤੇ ਆਪ ਜੀ ਕਿਰਪਾ ਕਰ ਦਿੰਦੇ ਹੋ
ਜੰਮਣ ਮਰਨ ਦਾ ਮਹਾਰਾਜ 84 ਦਾ ਗੇੜਾ ਆਪ ਜੀ ਨਿਵਿਰਤ ਕਰ ਦਿੰਦੇ ਹੋ। ਧਰਨੀ ਧਰ ਸਾਰੀ ਧਰਤੀ ਦਾ ਧਰ ਆਸਰਾ ਰੂਪ ਹੋ ਕਰਕੇ ਵਰਤ ਰਹੇ ਹੋ। ਸਤ ਸੰਗਤ ਜੀ, ਕਈ ਗੁਣਾ ਵੱਧ ਧਰਤੀ ਦੇ ਨਾਲੋਂ ਪਾਣੀ ਹੈ, ਧਰਤੀ ਦੇ ਹੇਠਾਂ ਜੋ ਪਾਣੀ ਹੈ ਨਾ, ਧਰਤੀ ਦੇ ਨਾਲੋਂ ਕਈ ਗੁਣਾ ਵੱਧ ਹੈ, ਪਰ ਦੇਖ ਲਓ ਫਿਰ ਵੀ ਉਹ ਪਾਣੀ ਧਰਤੀ ਨੂੰ ਆਪਣੇ ਵਿੱਚ ਡੋਬਦਾ ਨਹੀਂ ਪਿਆ। ਫਿਰ ਕਿਹਦੇ ਆਸਰੇ ਹੈ? ਪਰਮਾਤਮਾ ਦੇ ਆਸਰੇ ਹੀ ਹੈ। ਪਰ ਜਿਹੜੇ ਸੰਸਾਰ ਦੇ ਬੁੱਧੀ ਜੀਵ ਹਨ, ਉਹ ਸ਼ੰਕੇ ਕਰਦੇ ਹੈ, ਨਹੀਂ ਜੀ, ਧਰਤੀ ਨੂੰ ਤਾਂ ਧੌਲੇ ਨੇ ਚੱਕਿਆ ਹੋਏ ਆਪਣੇ ਸਿੰਘਾਂ ਦੇ ਆਸਰੇ। ਇਹ ਪ੍ਰਸ਼ਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਵੀ ਸਿੱਧਾਂ ਨੇ ਕੀਤਾ ਸੀ। ਜਪਜੀ ਸਾਹਿਬ ਪਾਵਨ ਬਾਣੀ ਵਿੱਚ ਮਹਾਰਾਜ ਜੀ ਦੇ ਬਚਨ ਹਨ, ਸਿੱਧ ਕਹਿੰਦੇ ਮਹਾਰਾਜ ਇਹ ਧਰਤੀ ਨੂੰ ਧੌਲੇ ਨੇ ਆਪਣੇ ਸਿੰਘਾਂ ਦੇ ਆਸਰੇ ਚੱਕਿਆ ਹੋਇਆ। ਮਹਾਰਾਜ ਉਹ ਧੌਲੇ ਦੇ ਸਿੰਘਾਂ ਦੇ ਆਸਰੇ ਧਰਤੀ ਖਲੋਤੀ ਹੋਈ ਹੈ, ਨਹੀਂ ਤਾਂ ਧਰਤੀ ਤਾਂ ਗਰਕ ਹੋ ਜਾਵੇ, ਪਾਣੀ ਆਪਣੇ ਵਿੱਚ ਹੀ ਡੋਬ ਲਵੇ। ਅਤੇ ਮਹਾਰਾਜ ਜੀ ਮੁਸਕਰਾ ਕੇ ਕਹਿੰਦੇ, ਸਿੱਧੋ ਉਹ ਧੌਲਾ ਕਿਹਦੇ ਆਸਰੇ ਖਲੋਤਾ? ਕਹਿੰਦੇ, ਮਹਾਰਾਜ ਉਹਦੇ ਹੇਠਾਂ ਇੱਕ ਹੋਰ ਧਰਤੀ ਹੈ। ਕਹਿੰਦੇ, ਫਿਰ ਉਹ ਧਰਤੀ ਕਿਹਦੇ ਆਸਰੇ ਖਲੋਤੀ ਹੈ? ਕਹਿੰਦੇ, ਮਹਾਰਾਜ ਇੱਕ ਹੋਰ ਉਹਦੇ ਥੱਲੇ ਧੌਲਾ। ਫਿਰ ਸਤਿਗੁਰੂ ਜੀ ਕਹਿੰਦੇ, ਉਹਨੂੰ ਕਹਿੰਦੇ ਕਿਹਦੇ ਆਸਰੇ ਖਲੋਤਾ ਹੋਇਆ? ਕਹਿੰਦੇ, ਹੋਰ ਧਰਤੀ। ਇੱਦਾਂ ਵਾਰ ਵਾਰ ਪੁੱਛੀ ਗਏ ਅਤੇ ਕਹੀ ਜਾਵੇ ਹੋਰ ਧਰਤੀ, ਹੋਰ ਧੌਲਾ। ਅਤੇ ਮਹਾਰਾਜ ਸਾਹਿਬ ਜੀ ਨੇ ਮੁਸਕਰਾ ਕੇ ਬਚਨ ਕੀਤਾ, ਕਹਿੰਦੇ ਅਖੀਰਲਾ ਧੌਲਾ ਕਿਹਦੇ ਆਸਰੇ ਖਲੋਤਾ ਜਿਹਨੇ ਧਰਤੀ ਨੂੰ ਚੁੱਕਿਆ ਹੋਇਆ? ਅਤੇ ਫਿਰ ਹੱਥ ਜੋੜ ਦਿੱਤੇ, ਮਹਾਰਾਜ ਸਾਨੂੰ ਨਹੀਂ ਪਤਾ। ਗਰੀਬਨਵਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਦੇ ਭਾਰ ਤਲੈ ਕਮਣ ਜੋਰ। ਪਰਮੇਸ਼ੁਰ ਤੋਂ ਬਿਨਾਂ ਕੋਈ ਧਰਤੀ ਨੂੰ ਆਸਰਾ ਦੇਣ ਵਾਲਾ ਕੋਈ ਨਹੀਂ ਹੈ। ਪਰਮਾਤਮਾ ਦੇ ਆਸਰੇ ਇਹ ਧਰਤੀ ਟਿਕੀ ਹੋਈ ਹੈ। ਅਤੇ ਸਤ ਸੰਗਤ ਜੀ, ਆਕਾਸ਼ ਨੂੰ ਕਿਹੜਾ ਕਿਸੇ ਧੌਲੇ ਨੇ ਚੁੱਕਿਆ? ਉਹ ਵੀ ਤਾਂ ਖਲੋਤਾ ਹੀ ਹੈ ਨਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜ਼ੂਰ ਨੇ ਭਗਵਤੀ ਕੀ ਵਾਰ ਅੰਦਰ ਬਚਨ ਕੀਤਾ, ਹੇ ਪਰਮਾਤਮਾ, ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿ ਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਇ ਬਣਾਇਆ, ਸਿੰਧ ਪਰਮਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਪਰਮਾਤਮਾ ਬਿਨਾਂ ਥੰਮਾ ਤੋਂ ਆਪ ਜੀ ਨੇ ਆਕਾਸ਼ ਨੂੰ ਟਿਕਾਇਆ ਹੋਇਆ, ਹੈਰਾਨੀਜਨਕ ਆਪ ਜੀ ਦੀ ਲੀਲਾ ਹੈ। ਐਸਾ ਮਹਾਰਾਜ ਕਹਿੰਦੇ ਧਰਨੀ ਧਾਰ ਧਰਤੀ ਨੂੰ ਆਸਰਾ ਦੇਣ ਵਾਲਾ ਪਰਮੇਸ਼ਰ ਹੈ। ਪਤ ਰਾਖ ਪਰਮਾਨੰਦ, ਹੇ ਪਰਮਾਤਮਾ, ਪਰਮ ਆਨੰਦ ਸਰੂਪ ਪਰਮੇਸ਼ਰ ਜੀ, ਆਪਣੇ ਪਿਆਰਿਆਂ ਦੀ ਸਦਾ ਹੀ ਆਪ ਜੀ ਪਾਤ ਇੱਜ਼ਤ ਰੱਖਦੇ ਆ ਰਹੇ ਹੋ। ਯੁੱਗਾਂ ਯੁੱਗਾਂ ਵਿੱਚ ਮਹਾਰਾਜ ਆਪਣੇ ਪਿਆਰਿਆਂ ਭਗਤਾਂ ਦੀ, ਗੁਰਮੁਖਾਂ ਦੀ, ਸੰਤਾਂ ਮਹਾਂਪੁਰਖਾਂ ਦੀ, ਆਪਣੇ ਪਿਆਰੇ ਦਾਸਾਂ ਦੀ ਸਦਾ ਹੀ ਮਹਾਰਾਜ ਲੱਜਿਆ ਰੱਖਦੇ ਆ ਰਹੇ ਹੋ। ਚਲਤ ਅਨਕ ਤਰੰਗ ਮਾਇਆ, ਇਸ ਸੰਸਾਰ ਦੇ ਅੰਦਰ ਕਿੰਨੇ ਹੀ ਤਮਾਮ ਸੰਸਾਰ ਭਰ ਦੇ ਜੀਵ ਮਾਇਆ ਦੀ ਤਰੰਗਾਂ ਦੀ ਵੀ ਸੜਦੇ ਪਏ ਹਨ। ਮਾਇਆ ਦੀ ਪ੍ਰਚੰਡ ਅਗਨੀ ਦੇ ਵਿੱਚ ਵਾਰ ਵਾਰ ਸੜ ਰਹੇ ਨੇ। ਕੋਈ ਈਰਖਾ ਦੀ ਅੱਗ ਵਿੱਚ ਸੜ ਰਿਹਾ, ਕੋਈ ਤ੍ਰਿਸ਼ਨਾ ਦੀ ਪ੍ਰਚੰਡ ਅਗਨੀ ਵਿੱਚ ਸੜਦਾ ਪਿਆ, ਕੋਈ ਵਿਖਾਰਾਂ ਦੀ ਭੱਠੀ ਵਿੱਚ ਕਿਸੇ ਦਾ ਮਨ ਭੁੱਜਦਾ ਪਿਆ। ਮਹਾਰਾਜ ਕਹਿੰਦੇ, ਪਤਾ ਨਹੀਂ ਕਿੰਨੇ ਕੁ ਸੰਸਾਰ ਦੇ ਜੀਵ ਆ ਇਹ ਤ੍ਰਿਸ਼ਨਾ ਦੀ ਔਰ ਪ੍ਰਚੰਡ ਈਰਖਾ ਦੀ ਅਗਨੀ ਵਿੱਚ ਸੜਦੇ ਭੁੱਜਦੇ ਪਏ ਹਨ। ਐਸੀ ਇਹਨਾਂ ਦੀ ਹਾਲਤ ਬਣੀ ਹੋਈ ਹੈ। ਜਲਤ ਅਨੇਕ ਤਰੰਗ ਮਾਇਆ, ਇਹ ਪਰ ਪਤਾ ਨਹੀਂ ਹੋਰ ਵੀ ਕਿੰਨੀਆਂ ਕੁ ਮਾਇਆ ਦੀਆਂ ਤਰੰਗਾਵਾਂ ਹਨ।
ਚਿੰਤਾ ਰੂਪੀ ਚਿਖਾ ਦੇ ਉੱਪਰ ਤਾਂ ਮਨ ਹਰ ਸਮੇਂ ਵਾਰ ਵਾਰ ਸੜਦਾ ਹੀ ਰਹਿੰਦਾ ਹੈ, ਸੜਦਾ ਹੀ ਰਹਿੰਦਾ ਹੈ। ਕਦੇ ਕਿਸੇ ਤਰ੍ਹਾਂ ਦੀ ਮਨ ਵਿੱਚ ਚਿੰਤਾ ਬਣ ਜਾਂਦੀ, ਕਦੇ ਕਿਸੇ ਤਰ੍ਹਾਂ ਦੀ। ਅਤੇ ਚਿੰਤਾ ਨੂੰ ਸਿਆਣਿਆਂ ਨੇ ਚਿਖਾ ਦੀ ਤਰ੍ਹਾਂ ਕਿਹਾ, ਕਹਿੰਦੇ ਕਿ ਚਿੰਤਾ ਚਿਖਾ ਦੇ ਬਰਾਬਰ ਹੁੰਦੀ ਹੈ। ਜਿਸ ਮਨ ਵਿੱਚ ਚਿੰਤਾ ਦਾ ਦੁੱਖ ਹੁੰਦਾ ਹੈ, ਉਹ ਜਿਵੇਂ ਕਿਸੇ ਨੂੰ ਚਿਖਾ 'ਤੇ ਬਿਠਾ ਦੇਈਏ, ਸਹਿਜੇ ਸਹਿਜੇ ਸੜਦਾ ਰਹਿੰਦਾ, ਸੜਦਾ ਰਹਿੰਦਾ। ਇੱਦਾਂ ਦੀ ਮਹਾਰਾਜ ਕਹਿੰਦੇ ਉਹ ਮਨੁੱਖ ਦੀ ਹਾਲਤ ਹੁੰਦੀ ਹੈ। ਅਤੇ ਹਜ਼ੂਰ ਨੇ ਉਚਾਰਨ ਕੀਤਾ, ਅਨੇਕਾਂ ਮਾਇਆ ਦੀਆਂ ਤਰੰਗਾਂ, ਇਹ ਪ੍ਰਚੰਡ ਅਗਨੀ ਦੀਆਂ ਤਰੰਗਾਂ ਦੇ ਵਿੱਚ ਇਹ ਜੀਵ ਸੜਦੇ ਪਏ ਹਨ। ਗੁਰ ਗਿਆਨ ਹਰਿ ਹਿਰਦਮੰਤ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਰਮੇ ਹੋ ਰਮੰਤੀ ਪਰਮੇਸ਼ਰ ਦੇ ਨਾਮ ਨੂੰ ਸੱਚਾ ਮੰਤਰ ਜਾਣ ਕਰਕੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਮਹਾਰਾਜ ਕਲ ਤਾਤੀ ਠੰਡਾ ਹਰ ਨਾਓ, ਹੇ ਪਰਮੇਸ਼ਰ, ਕਲਯੁਗ ਦੇ ਭਿਆਨਕ ਸਮੇਂ ਅੰਦਰ ਵਿਕਾਰਾਂ ਦੀ ਤੱਤੀ ਲੋਅ ਵਗ ਰਹੀ ਹੈ, ਤੁਹਾਡਾ ਨਾਮ ਹਿਰਦੇ ਨੂੰ ਸੀਤਲ ਕਰਨ ਵਾਲਾ ਹੈ। ਹੋਰ ਕੋਈ ਵੀ ਦੁਨੀਆ ਦਾ ਸਾਧਨ ਨਹੀਂ ਜਿਹੜਾ ਮਨ ਨੂੰ ਸੀਤਲ ਕਰ ਦੇਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਕੋਈ ਮਸਤਕ 'ਤੇ ਟਿੱਕੇ ਲਾਉਂਦਾ ਮਨ ਨੂੰ ਸ਼ਾਂਤ ਕਰਨ ਵਾਸਤੇ, ਕੋਈ ਚੰਦਨ ਦਾ ਲੇਪਨ ਕਰਦਾ ਹੈ, ਕੋਈ ਬਰਫੀਲੇ ਪਹਾੜਾਂ ਵਿੱਚ ਚਲਾ ਜਾਂਦਾ, ਕੋਈ ਚੰਦਨ ਦੀ ਚਾਂਦਨੀ ਦੇ ਸਾਧ ਸੰਗਤ ਜੀ ਜੋ ਚੰਦਰਮਾ ਦੀ ਚਾਂਦਨੀ ਹੇਠ ਬੈਠ ਜਾਂਦਾ ਕਿ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ। ਪਰ ਹਜ਼ੂਰ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੇ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ, ਮਨ ਨੂੰ ਕਦੇ ਸੀਤਲ ਕੀਤਾ ਹੀ ਨਹੀਂ ਜਾ ਸਕਦਾ। ਚੰਦਨ ਚਾਂਦਨ ਸਰਦ ਰੁੱਤਾ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਹੜੇ ਗੁਰਮੁਖ ਪਿਆਰੇ ਪਰਮੇਸ਼ਰ ਦਾ ਨਾਮ ਜਪਦੇ, ਉਹਨਾਂ ਦਾ ਹਿਰਦਾ ਸੀਤਲਤਾ ਸਹਿਤ ਰਹਿੰਦਾ, ਕਦੇ ਵੀ ਵਿਕਾਰਾਂ ਦੀ ਅੱਗ ਦੇ ਵਿੱਚ ਤਪਦਾ ਨਹੀਂ, ਕ੍ਰਿਝਦਾ ਨਹੀਂ, ਸੜਦਾ ਨਹੀਂ ਹੈ। ਜਿਨ੍ਹਾਂ ਨੇ ਸੀਤਲ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰ ਗਿਆਨ ਹਰਿ ਹਿਰਦਮੰਤ, ਹੇ ਜੀਵ, ਸਤਿਗੁਰਾਂ ਤੋਂ ਗਿਆਨ ਦੀ ਦਾਤ ਪ੍ਰਾਪਤ ਕਰਕੇ ਵਾਹਿਗੁਰੂ ਜੀ ਦੇ ਸਰੂਪ ਨੂੰ, ਪਰਮੇਸ਼ਰ ਦੇ ਨਾਮ ਰੂਪੀ ਮੰਤਰ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ। ਛੇਦ ਅੰਬਦ ਕਰਨਾ ਮੈਂ, ਐਸਾ ਪਰਮਾਤਮਾ ਦਾ ਸਰੂਪ ਹੈ ਜਿਸ ਜੀਵ 'ਤੇ ਕਿਰਪਾ ਕਰ ਦਿੰਦਾ, ਅਹੰ ਬੁੱਧ ਹੰਕਾਰ ਵਾਲੀ ਬੁੱਧ ਨੂੰ ਛੇਦ ਕੱਟ ਦਿੰਦਾ ਹੈ। ਕਰਨਾ ਮੈਂ, ਜਿਸ 'ਤੇ ਕਿਰਪਾ ਕਰਨ ਵਾਲਾ ਹੋ ਕੇ ਕਿਰਪਾਲੂ ਬਣ ਜਾਂਦਾ ਹੈ। ਚਿੰਤ ਮੇਟ ਪੁਰਖ ਅਨੰਤ, ਹੇ ਪਰਮਾਤਮਾ, ਜੋ ਆਪ ਜੀ ਦੀ ਸ਼ਰਨ ਵਿੱਚ ਜੀਵ ਆ ਜਾਂਦਾ ਹੈ, ਉਹਦੀਆਂ ਸਭ ਚਿੰਤਾਵਾਂ ਨੂੰ ਮੇਟ ਦਿੰਦੇ ਹੋ। ਇੱਕ ਨਹੀਂ ਅਨੰਤ, ਪਤਾ ਨਹੀਂ ਕਿੰਨੇ ਕੁ ਮਹਾਰਾਜ ਆਪ ਜੀ ਦੇ ਪੈਦਾ ਕੀਤੇ ਹੋਏ ਜੀਵ ਜੰਤੂ ਹਨ, ਜਿਨ੍ਹਾਂ ਨੇ ਭਾਵਨਾ ਸਹਿਤ ਹੋ ਕੇ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਸਤਿਗੁਰੂ ਜੀ ਨੇ ਸਭ ਚਿੰਤਾਵਾਂ ਦੁੱਖ ਝੋਰੇ ਉਹਨਾਂ ਦੇ ਦੂਰ ਕਰ ਦਿੱਤੇ ਹਨ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਨਾ, ਹੇ ਮਹਾਰਾਜ, ਜਿਨ੍ਹਾਂ ਨੇ ਆਪ ਜੀ ਦੀ ਸ਼ਰਨ ਧਾਰਨ ਕੀਤੀ ਨਿਮਰਤਾਵਾਨ ਹੋ ਕਰਕੇ, ਇਹ ਮਨ ਵਿੱਚ ਭਾਵਨਾ ਬਣਾ ਕੇ ਕਿ ਸਤਿਗੁਰੂ ਜੀ ਆਪ ਜੀ ਤੋਂ ਬਿਨਾਂ ਕੌਣ ਹੈ ਸੰਸਾਰ ਦੇ ਅੰਦਰ ਜਿਹੜਾ ਸਾਡੀ ਪਰਵਰਿਸ਼ ਕਰਨ ਵਾਲਾ ਹੈ, ਸਾਡੀ ਰੱਖਿਆ ਕਰਨ ਵਾਲਾ ਹੈ, ਸਾਡੇ ਸਹਾਇਕ ਬਣਨ ਵਾਲਾ ਕੋਈ ਨਹੀਂ ਸੰਸਾਰ ਭਰ ਦੇ ਅੰਦਰ। ਇਸ ਲਈ ਮਹਾਰਾਜ, ਅਸੀਂ ਮਨ ਵਿੱਚ ਭਾਵਨਾ ਬਣਾ ਕੇ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਸਤਿਗੁਰ ਆਇਓ ਸ਼ਰਨ ਤੁਹਾਰੀ,
ਮਿਲੇ ਸੁਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ। ਮਹਾਰਾਜ, ਨਾਮ ਦੀ ਦਾਰ ਦੇ ਕਰਕੇ, ਚਿੰਤਨ ਦੀ ਦਾਰ ਦੇ ਕਰਕੇ ਸਭ ਚਿੰਤਾਵਾਂ ਤੋਂ ਰਹਿਤ ਕਰ ਦੇਣ ਵਾਲਾ ਆਪ ਜੀ ਦਾ ਬਿਰਧ ਹੈ। ਸਭ ਚਿੰਤਾਵਾਂ ਦੁੱਖ ਝੂਰੇ ਆਪ ਜੀ ਮਹਾਰਾਜ ਦੂਰ ਕਰ ਦਿੰਦੇ ਹੋ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਆਪ ਜੀ ਨੇ ਆਪਣਾ ਪਿਆਰਾ ਉਪਦੇਸ਼ ਬਖਸ਼ਿਸ਼ ਕਰ ਦਿੱਤਾ, ਉਹਨਾਂ ਨਿਸ਼ਚਿਤ ਕਰਕੇ ਜਾਣਦੇ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਏ ਕਹਿ ਤਿਨਾ ਭੇਰੋ ਜੀ ਦੇ। ਮਹਾਰਾਜ ਕਹਿੰਦੇ ਉਹ ਫਿਰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਮਨ ਦੇ ਵਿੱਚ ਪਰਪੱਕਤਾ ਬਣਾ ਲੈਂਦੇ ਹਨ, ਉਹਨਾਂ ਦੇ ਹਿਰਦੇ ਅੰਦਰ ਦ੍ਰਿੜਤਾ ਹੋ ਜਾਂਦੀ ਹੈ ਕਿ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਸਹਾਇਕ ਬਣਨ ਵਾਲੇ ਹੈ। ਨਹੀਂ ਤਾਂ ਜਦੋਂ ਤੱਕ ਜੀਵ ਦਾ ਮਨ ਬੇਸਮਝ ਹੁੰਦਾ, ਡਗਮਗਾਉਂਦਾ ਰਹਿੰਦਾ, ਡਾਵਾਂ ਡੋਲ ਹੋਇਆ ਰਹਿੰਦਾ, ਦਰ ਦਰ 'ਤੇ ਠੋਕਰਾਂ ਖਾਂਦਾ ਫਿਰਦਾ। ਮਹਾਰਾਜ ਸੱਚੇ ਪਾਤਸ਼ਾਹ ਸੋਝੀ ਬਖਸ਼ਿਸ਼ ਕਰ ਦਿੰਦੇ ਹੈ, ਚਿੰਤ ਮੇਟ ਪੁਰਖ ਅਨੰਤ। ਮਹਾਰਾਜ ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲੇ, ਪੁਰਸ਼ਾਰਥ ਕਰਨ ਵਾਲੇ ਅਨੰਤ ਮਹਾਰਾਜ ਅੰਤ ਤੋਂ ਰਹਿਤ ਆਪ ਜੀ ਦਾ ਸਵਰੂਪ ਹੈ। ਸਿਮਰ ਸਮਰੱਥ ਪਲ ਮਹੂਰਤ। ਹੇ ਪ੍ਰਾਣਾ ਤਾਰੀ ਜੀਵ, ਸਰਬ ਕਲਾ ਸਮਰੱਥ ਪਰਮਾਤਮਾ ਜੀ ਦਾ ਸਿਮਰਨ ਕਰਿਆ ਕਰ। ਪਲਕ ਮਾਤਰ, ਪਲ ਪਲ ਸਮੇਂ ਦੇ ਅੰਦਰ, ਮਹੂਰਤ ਕਹਿੰਦੇ ਨੇ ਸਤਿ ਸੰਗਤ ਜੀ ਦੋ ਘੜੀਆਂ ਨੂੰ, ਜਿਵੇਂ 60 ਪਲ ਹੁੰਦੇ ਇੱਕ ਘੜੀ ਦੇ ਅੰਦਰ। ਮਹਾਰਾਜ ਕਹਿੰਦੇ ਪਲ ਪਲ ਸਮਾਂ ਵੀ ਪਰਮਾਤਮਾ ਦਾ ਸਿਮਰਨ ਕਰਿਆ ਕਰ। ਮਹੂਰਤ ਭਾਵੇਂ ਦੋ ਘੜੀਆਂ, ਥੋੜ੍ਹੇ ਤੋਂ ਥੋੜ੍ਹਾ ਸਮਾਂ ਮਿਲੇ ਤਾਂ ਵੀ ਪਰਮਾਤਮਾ ਨੂੰ ਚੇਤੇ ਕਰਿਆ ਕਰ। ਸਤਿਗੁਰੂ ਜੀ ਨੇ ਭਗਤ ਰਸਨਾ ਦੁਆਰਾ ਉਚਾਰਨ ਕੀਤਾ, ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਮਹਾਰਾਜ ਜੀ ਦੀ ਪਿਆਰੀ ਸਤਸੰਗਤ ਵਿੱਚ ਜੁੜਨਾ, ਇੱਕ ਘੜੀ 12.5 ਮਿੰਟ ਦਾ ਸਮਾਂ ਬਣਦਾ। ਮਹਾਰਾਜ ਕਹਿੰਦੇ ਇਹਦੇ ਨਾਲੋਂ ਵੀ ਅੱਧੀ ਘੜੀ ਭਾਵ 6.25 ਮਿੰਟ, ਭਾਵ ਅੱਧੇ ਤੋਂ ਅੱਧੀ, ਥੋੜ੍ਹੇ ਤੋਂ ਥੋੜ੍ਹਾ ਜਿੰਨਾ ਭਾਵ, ਥੋੜ੍ਹੇ ਥੋੜ੍ਹਾ ਮਿੰਟ ਵੀ ਜੇ ਕਿਤੇ ਗੁਰੂ ਕੀ ਸੰਗਤ ਕਰਨੇ ਦਾ ਸਮਾਂ ਮਿਲ ਜਾਂਦਾ, ਕਦੇ ਤੈਨੂੰ ਘਾਟਾ ਨਹੀਂ ਪਵੇਗਾ, ਲਾਭ ਹੀ ਲਾਭ ਹੋਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਤਸੰਗਤ ਦੀ ਵਡਿਆਈ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਹਜ਼ੂਰ ਕਹਿੰਦੇ ਸਿਮਰ ਸਮਰੱਥ ਪਲ ਮਹੂਰਤ। ਹੇ ਜੀਵ, ਪਲਕ ਮਾਤਰ ਸਮਾਂ, ਭਾਵੇਂ ਮਹੂਰਤ ਦੋ ਘੜੀਆਂ ਵੀ ਸਮਾਂ ਮਿਲਦਾ ਹੈ, ਤਾਂ ਵੀ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ। ਪ੍ਰਭ ਧਿਆਨ ਸਹਿਜ ਸਮਾਧ। ਜੋ ਸਹਿਜ ਅਡੋਲ ਹੋ ਕਰਕੇ ਪਰਮਾਤਮਾ ਜੀ ਦੇ ਤਰਨਾਂ ਦਾ ਧਿਆਨ ਧਾਰਨ ਕਰਕੇ ਨਿਰਵਿਕਲਪ ਸਮਾਧੀ ਵਿੱਚ ਲੀਨ ਹੋਣਾ ਕਰ। ਸਮਾਧ ਸੰਕਲਪਾਂ ਵਿਕਲਪਾਂ ਤੋਂ ਰਹਿਤ ਹੋ ਕੇ ਪਰਮਾਤਮਾ ਨੂੰ ਚੇਤੇ ਕਰ। ਦੀਨ ਦਿਆਲ ਪ੍ਰਸੰਨ ਪੂਰਨ। ਹੇ ਦੀਨਾ ਬੰਧੂ ਪਰਮਾਤਮਾ, ਦਿਆਲ ਦਇਆ ਦੇ ਕਰ ਪਰਮੇਸ਼ਰ, ਸਰਬ ਜੀਵਾਂ 'ਤੇ ਪਰਮੇਸ਼ਰ ਆਪ ਹੀ ਕਿਰਪਾ ਕਰਨ ਵਾਲੇ, ਸਭ ਥਾਵਾਂ 'ਤੇ ਪਰਿਪੂਰਵਕ ਹੋ। ਐਸਾ ਪਰਿਪੂਰਵਕ ਪੂਰਨ ਪਰਮਾਤਮਾ ਜਿਨ੍ਹਾਂ 'ਤੇ ਪ੍ਰਸੰਨ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਫਿਰ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਪਰਮੇਸ਼ਰ ਅਸੀਂ ਜਾਚਨਾ ਕਰਦੇ ਹਾਂ। ਰਾਜ ਸਾਧ, ਰਾਜ ਨਾਮ ਧੂੜੀ ਦਾ ਹੈ। ਮਹਾਰਾਜ ਤੁਹਾਡੇ ਪਿਆਰੇ ਸਤਿਪੁਰਸ਼ਾਂ ਦੀ ਚਰਨ ਧੂੜੀ ਦੀ ਅਸੀਂ ਜਾਚਨਾ ਕਰਦੇ ਹਾਂ। ਅੰਤਰ ਜਾਮੇ ਪੁਰਖ ਵਿਦਾਤੇ,
ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੁਕਉ ਕਰ ਸੰਤਨ ਕੀ ਤੂਰੇ। ਮਹਾਰਾਜ ਐਸੀ ਨਿਮਰਤਾ, ਐਸੀ ਹਿਰਦੇ ਦੀ ਗਰੀਬੀ ਆਪ ਜੀ ਦੇ ਚਰਨਾਂ ਵਿੱਚੋਂ ਮੰਗਦੇ ਹਾਂ। ਹਜ਼ੂਰ ਕਹਿੰਦੇ ਸੰਸਾਰ ਦੇ ਜਿੰਨੇ ਵੀ ਝੂਠੇ ਪਦਾਰਥਾਂ ਦੀਆਂ ਆਸਾਵਾਂ ਹਨ, ਜਿੰਨਾ ਵੀ ਸਰੀਰਾਂ ਦਾ ਮੋਹ ਹੈ, ਇਹ ਸਭ ਜਾਣੋ ਕਿ ਮਿਥਿਆ ਹੈ, ਨਾ ਹੋਇਆ ਵਰਗਾ ਸਦਾ ਰਹਿਣ ਵਾਲਾ ਨਹੀਂ ਹੈ। ਜਿੰਨਾ ਵੀ ਸਰੀਰਾਂ ਦਾ ਮੋਹ ਬਣਿਆ ਹੋਇਆ ਔਰ ਜਿੰਨੀਆਂ ਵੀ ਸੰਸਾਰ ਦੀ ਆਸਾਂ ਲਗਾਈ ਬੈਠਾ, ਇਹ ਜੀਵ ਆਸਾਂ ਲਾਉਂਦਾ ਲਾਉਂਦਾ ਸਾਧ ਸੰਗਤ ਜੀ ਮਰ ਮੁੱਕ ਜਾਂਦਾ, ਪਰ ਆਸਾਂ ਨਹੀਂ ਕਦੇ ਵੀ ਮੁੱਕਦੀ। ਆਸਾ ਕਰਤਾ ਜਗ ਮੋਆ, ਆਸਾ ਮਰੈ ਨਾ ਜਾਏ। ਇੱਕ ਦੋ ਚਾਰ ਪਤਾ ਨਹੀਂ ਕਿੰਨੀਆਂ ਕਿੰਨੀਆਂ ਆਸਾਂ ਲਾ ਕੇ ਬੈਠਾ ਹੋਇਆ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਇਵੇਂ ਕਰਾਂਗਾ, ਜ਼ਿੰਦਗੀ ਵਿੱਚ ਆਉਣ ਵਾਲੇ ਸਮੇਂ ਵਿੱਚ ਇੱਦਾਂ ਕਰਾਂਗਾ, ਇਹ ਕਾਰਜ ਵੀ ਕਰਨਾ ਜਾਂ ਕਿਸੇ ਤੋਂ ਕਰਵਾਵਾਂਗਾ। ਕਈ ਕਈ ਪ੍ਰਕਾਰ ਦੀਆਂ ਮਨ ਵਿੱਚ ਆਸਾਂ ਲਾਈ ਬੈਠਾ ਅਤੇ ਆਸਾਂ ਲਾਉਂਦਾ ਲਾਉਂਦਾ ਹੀ ਸੰਸਾਰ ਤੋਂ ਤੁਰ ਜਾਂਦਾ, ਉਮਰਾਂ ਪੂਰੀ ਹੋ ਜਾਂਦੀ ਹੈ, ਪੰਜ ਭੌਤਿਕ ਸਰੀਰ ਤਿਆਗ ਕਰਕੇ ਚਲਾ ਜਾਂਦਾ, ਪਰ ਆਸ ਨਹੀਂ ਕਦੇ ਵੀ ਸਤ ਸੰਗਤ ਦੀ ਮੁੱਕਦੀ, ਇਹ ਮੁੱਕਦੀ ਨਹੀਂ ਹੈ। ਮਨੁੱਖ ਮੁੱਕ ਜਾਂਦਾ, ਅਰਬਲਾ ਪੂਰੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਮੋਹ ਮਿਥਨ ਦੁਰੰਤ ਆਸਾ, ਬੜੀ ਦੁਰੰਤ ਕਠਿਨ ਹੈ, ਬੜੀ ਭਿਆਨਕ ਹੈ ਸੰਸਾਰ ਦੀ ਜੋ ਆਸਾ ਲਾਈ ਬੈਠਾ ਹੈ। ਵਾਸਨਾ ਬੇਕਾਰ, ਫਿਰ ਮੰਦੀਆਂ ਵਾਸਨਾਵਾਂ ਨੂੰ ਧਾਰਨ ਕਰਦਾ ਹੈ ਅਤੇ ਫਿਰ ਵਿਕਾਰਾਂ ਨੂੰ, ਪ੍ਰਬਲ ਵਿਕਾਰਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰੀ ਬੈਠਾ ਹੈ। ਅਖ ਧਰਮ ਭਰਮ ਵਿਦਾਰ ਮਨ ਤੇ, ਹੇ ਪਿਆਰੇ ਪਰਮਾਤਮਾ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲਓ ਮਹਾਰਾਜ, ਸਾਡੇ ਧਰਮ ਦੀ ਲੱਜਿਆ ਰੱਖ ਲਓ, ਸਿੱਖੀ ਕੇਸਾਂ ਸਵਾਸਾਂ ਦੇ ਨਾਲ ਸਾਡੀ ਨਿਭ ਜਾਵੇ। ਮਹਾਰਾਜ ਕਹਿੰਦੇ ਹੈ ਗੁਰਸਿੱਖਿਓ ਬੇਨਤੀ ਕਰਿਆ ਕਰ ਸਤਿਗੁਰੂ ਜੀ ਦੀ ਸਨਮੁਖ ਹੋ ਕਰਕੇ, ਹੇ ਗਰੀਬਨ ਵਾਜ, ਸਤਿਗੁਰੂ ਜੀ ਆਪ ਕਿਰਪਾ ਕਰੋ, ਰੱਖ ਧਰਮ ਭਰਮ ਬੇਦਾਰ ਮਨ ਤੇ। ਜੋ ਸਾਡੇ ਮਨ ਤੇ ਭਰਮ ਦਾ ਪੜਦਾ ਪਿਆ ਹੋਇਆ, ਸਾਡਾ ਮਨ ਭਰਮਾਂ ਦਾ ਸ਼ਿਕਾਰ ਹੋਇਆ ਫਿਰਦਾ, ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ, ਮਹਾਰਾਜ ਭਰਮ ਕਿਰਪਾ ਕਰਕੇ ਬੇਦਾਰ ਦਿਓ, ਨਾਸ਼ ਕਰ ਦੇਵੋ। ਜਿਸ ਭਰਮ ਕਰਕੇ ਮਹਾਰਾਜ ਸਾਨੂੰ ਆਪ ਜੀ ਦੇ ਸਰੂਪ 'ਤੇ ਭਰੋਸਾ ਨਹੀਂ ਵੱਜਦਾ, ਮਹਾਰਾਜ ਅਸੀਂ ਦਰ ਦਰ 'ਤੇ ਨੱਕ ਰਗੜਦੇ ਫਿਰਦੇ ਹਾਂ, ਕਦੇ ਕਿਸੇ ਦਰ 'ਤੇ ਜਾ ਕੇ ਨੱਕ ਰਗੜਦੇ, ਕਦੇ ਕਿਸੇ ਦਰ 'ਤੇ ਜਾ ਕੇ, ਐਸਾ ਮਹਾਰਾਜ ਭਰਮ ਕਿਰਪਾ ਕਰਕੇ ਸਾਡੇ ਹਿਰਦੇ ਨਿਵਿਰਤ ਕਰ ਦੇਵੋ ਅਤੇ ਰੱਖ ਧਰਮ, ਸਾਡੇ ਧਰਮ ਦੀ ਵੀ ਰੱਖਿਆ ਕਰ ਲਓ। ਹੇ ਗਰੀਬ ਨਵਾਜ, ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ, ਸਿੱਖਾਂ ਦੇ ਘਰ ਆਪ ਜੀ ਨੇ ਸਾਨੂੰ ਜਨਮ ਦਿੱਤਾ ਹੈ, ਇਹ ਪਰਮਾਤਮਾ ਸਾਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਮਹਾਰਾਜ ਸਿੱਖੀ ਕਮਾਉਣ ਦਾ ਬਲ ਬਖਸ਼ੋ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿਵੇਂ ਹਰ ਰੋਜ਼ ਅਸੀਂ ਬੇਨਤੀ ਕਰਦੇ ਹਾਂ, ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਇਹ ਹਰ ਰੋਜ਼ ਅਰਦਾਸ ਕਰਦੇ ਸਤਿਗੁਰਾਂ ਦੇ ਚਰਨਾਂ ਵਿੱਚ। ਅਤੇ ਜਿੱਥੇ ਸਿੱਖੀ ਅਤੇ ਨਾਮ ਦੀ ਦਾਤ ਮੰਗਦੇ ਹਾਂ, ਮਹਾਰਾਜ ਕਹਿੰਦੇ ਉੱਥੇ ਸਿੱਖੀ ਕਮਾਉਣ ਦਾ ਬਲ ਵੀ ਬਖਸ਼ਿਸ਼ ਕਰੋ, ਮਹਾਰਾਜ ਕਿਰਪਾ ਕਰੋ। ਹਜ਼ੂਰ ਕਹਿੰਦੇ ਵੀ ਦਾਨ ਮੰਗਿਆ ਕਰੋ ਪਰਮਾਤਮਾ ਦੇ ਚਰਨਾਂ ਵਿੱਚੋਂ, ਪਰਮਾਤਮਾ ਕਿਰਪਾ ਕਰੋ, ਸਿੱਖੀ ਬਖਸ਼ੀ ਅਤੇ ਕਮਾਉਣ ਦਾ ਵੀ ਬਲ ਬਖਸ਼ੋ, ਮਹਾਰਾਜ ਇੱਦਾਂ ਸੋਝੀ ਬਖਸ਼ੋ, ਐਸਾ ਮਹਾਰਾਜ ਉਸਦਾ ਸੁੱਚਾ ਜੀਵਨ ਬਖਸ਼ੋ। ਹੇ ਗਰੀਬਨ ਵਾਜ, ਜਿਸ ਕਰਕੇ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ, ਕਦੇ ਵੀ ਮਹਾਰਾਜ ਧਰਮ ਤੋਂ ਅਸੀਂ ਮੁਨਕਰਨਾ ਹੋਈਏ,
ਕਦੇ ਵੀ ਮਹਾਰਾਜ ਧਰਮ ਦਾ ਕੰਮ ਕਰਨੇ ਤੋਂ, ਸੱਚ ਬੋਲਣੇ ਤੋਂ ਮਹਾਰਾਜ ਕਿਤੇ ਅਵੇਸਲੇ ਨਾ ਹੋ ਜਾਈਏ। ਧਰਮ ਦੇ ਮਾਰਗ 'ਤੇ ਚੱਲਣ ਦਾ ਕਿਰਪਾ ਕਰਕੇ ਸਾਨੂੰ ਬਲ ਬਖਸ਼ੋ। ਹਜ਼ੂਰ ਕਹਿੰਦੇ ਇਉਂ ਬੇਨਤੀਆਂ ਕਰ। ਉਦਰ ਹਰ ਨਿਰੰਕਾਰ ਤੇ ਹਰੀ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਕਰਕੇ ਉਧਰ ਭਾਵ ਸਾਗਰ ਤੋਂ ਤਰ ਜਾਣਾ ਕਰ। ਜੇ ਇਉਂ ਬੇਨਤੀਆਂ ਕਰੇ ਨਾ ਮਹਾਰਾਜ, ਧਰਮ ਦੀ ਰੱਖਿਆ ਕਰੋ। ਹੇ ਗਰੀਬਨਵਾਦ, ਆਪਣੇ ਬਿਰਦ ਦੀ ਲੱਜਿਆ ਰੱਖ ਲਓ ਅਤੇ ਸਾਡੇ ਮਨ ਤੋਂ ਭਰਮ ਦਾ ਜਿਹੜਾ ਮਹਾਰਾਜ ਪੜਦਾ ਪਿਆ ਹੋ ਕਿਰਪਾ ਕਰਕੇ ਚੁੱਕ ਦੇਵੋ। ਆਪ ਜੀ 'ਤੇ ਵਿਸ਼ਵਾਸ ਭਰੋਸਾ ਵੱਧ ਜਾਵੇ ਅਤੇ ਸਾਧ ਸੰਗਤ ਜੀ ਭਰੋਸੇ ਵਾਲਿਆਂ ਦੇ ਹੀ ਬੇੜੇ ਪਾਰ ਹੁੰਦੇ ਆ। ਜਿਨ੍ਹਾਂ ਨੂੰ ਭਰੋਸਾ ਹੁੰਦਾ ਨਾ, ਬੇੜਾ ਉਹਨਾਂ ਦਾ ਹੀ ਪਾਰ ਹੁੰਦਾ। ਨਹੀਂ ਤਾਂ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਨਾ ਇਤਕੇ ਨਾ ਉਤਕੇ, ਵਿੱਚੇ ਖਾਏ ਗੁੱਤਕੇ। ਉਹ ਵਿੱਚੇ ਗੋਤੇ ਖਾਣੇ ਪੈਂਦੇ ਜਿਹੜਾ ਦੋ ਬੇੜੀਆਂ ਵਿੱਚ ਪੈਰ ਰੱਖ ਲੈਂਦਾ ਹੈ। ਅਤੇ ਹਾਲਤ ਸਾਡੀ ਇੱਦਾਂ ਦੀ ਅੱਜ ਬਣੀ ਹੋਈ ਹੈ ਭਰਮ ਦਾ ਸ਼ਿਕਾਰ ਹੋਣੇ ਕਰਕੇ। ਇੱਕ ਪਾਸੇ ਆਖਣਾ ਕਿ ਸਿੱਖਾਂ ਦੇ ਘਰ ਸਾਡਾ ਜਨਮ ਹੋਇਆ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਿੱਖ ਪੰਥ ਦੇ ਬਾਨੀ ਸਤਿਗੁਰੂ ਜੀ ਸਾਡੇ ਗੁਰੂ ਹਨ, ਅਤੇ ਦਰ ਕੋਈ ਵੀ ਛੱਡਣਾ ਨਾ। ਸਤ ਸੰਗਤ ਜੀ ਕੋਈ ਸਿੱਖਾਂ ਵਾਲਾ ਕਰਮ ਨਹੀਂ ਹੈ। ਅਖਵਾਉਂਦੇ ਆਪਣੇ ਆਪ ਨੂੰ ਅਸੀਂ ਸਿੱਖ ਹਾਂ ਨਾ, ਕਿ ਸਿੱਖਾਂ ਘਰ ਸਾਡਾ ਜਨਮ ਹੋਇਆ, ਪਰ ਖੇਮਾ ਕਰ ਦੇਣਾ, ਦਰ ਦਰ 'ਤੇ ਅਸੀਂ ਵਾਰ ਵਾਰ ਠੋਕਰਾਂ ਖਾਂਦੇ ਫਿਰਦੇ ਹਾਂ, ਕਦੇ ਕਿਸੇ ਦਰ 'ਤੇ ਕਦੇ ਕਿਸੇ ਦਰ 'ਤੇ। ਫਿਰ ਇੱਥੇ ਹੀ ਬਸ ਨਹੀਂ, ਗੰਗਾ ਗਏ ਅਤੇ ਗੰਗਾ ਰਾਮ, ਜਮਨਾ ਗਏ ਅਤੇ ਜਮਨਾ ਦਾਸ, ਨਾਮ ਵੀ ਉੱਦਾਂ ਦਾ ਰਖਾ ਲੈਣਾ। ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਕਦੇ ਹੰਨੇ ਦੀ ਕਦੇ ਬੰਨੇ ਦੀ, ਕਦੇ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ ਹਿਰਸ ਬਾਬੇ ਨਾਨਕ ਦੀ। ਅਖਵਾਉਣਾ ਬਾਬੇ ਨਾਨਕ ਦੇ ਹੀ ਸਿੱਖ ਹੈ, ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਿੱਖ ਹਾਂ। ਪਰ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਟੱਕਰਾਂ ਮਾਰਦੇ ਰਹਿਣਾ। ਮਹਾਰਾਜ ਕਹਿੰਦੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ, ਹੇ ਸਿੱਖ, ਹੇ ਅਕਾਲ ਪੁਰਖ ਵਾਹਿਗੁਰੂ ਸਰੂਪ ਮਹਾਰਾਜ ਸੱਚੇ ਪਾਤਸ਼ਾਹ, ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ੋ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ, ਭਰਮ ਤੋਂ ਰਹਿਤ ਕਰਕੇ ਮਹਾਰਾਜ ਸਾਡੇ ਹਿਰਦੇ ਅੰਦਰ ਗਿਆਨ ਦੀ ਦਾਤ ਬਖਸ਼ਿਸ਼ ਕਰ ਦੇਵ, ਤਾਂ ਹੀ ਮਹਾਰਾਜ ਭਵ ਸਾਗਰ ਤੋਂ ਤਰ ਸਕਾਂਗੇ। ਆੜ ਆੜ ਭੰਡਾਰ ਹਰ ਨਿਦ। ਸੰਸਾਰ ਦੇ ਅੰਦਰ ਜਿਹੜੇ ਵੱਡੇ ਵੱਡੇ ਧਨਾੜ ਪੁਰਖ ਹੈ ਨਾ, ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਆੜ ਆਸਰਾ ਦੇਣ ਵਾਲੇ ਉਹ ਜੀਵ ਬਣ ਜਾਂਦੇ ਹਨ। ਇੱਕ ਪਾਸੇ ਉਹ ਹੈ ਜਿਹਨੂੰ ਤਨ 'ਤੇ ਕੱਪੜਾ ਧਾਰਨ ਕਰਨ ਵਾਸਤੇ ਚੰਗਾ ਕੱਪੜਾ ਵੀ ਕੋਈ ਮਿਲਦਾ ਨਹੀਂ ਪਿਆ, ਐਂ ਸਿਰੇ ਦਾ ਕੰਗਾਲ ਮੰਗਤਾ, ਮੰਗ ਮੰਗ ਕਰਕੇ ਆਪਣਾ ਗੁਜ਼ਾਰਾ ਕਰਦਾ। ਅਤੇ ਗਰੀਬਨਵਾਜ ਮਹਾਰਾਜ ਕਹਿੰਦੇ ਪਰਮਾਤਮਾ ਜਿਹਨਾਂ 'ਤੇ ਕਿਰਪਾ ਕਰ ਦਿੰਦਾ ਨਾ, ਧਨਾੜ ਆਡ ਭੰਡਾਰ ਹਰ ਨਿਧ, ਜਿਹਨਾਂ ਨੂੰ ਭਗਤੀ ਦਾ ਭੰਡਾਰਾ, ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦਾ, ਉਹ ਵੱਡੇ ਵੱਡੇ ਧਨਾੜ ਸੰਸਾਰ ਦੇ ਧਨਵਾਨ ਪੁਰਸ਼ਾਂ ਨੂੰ ਵੀ ਆਸਰਾ ਦੇਣ ਦੇ ਯੋਗ ਹੋ ਜਾਂਦੇ ਹੈ। ਭਾਵੇਂ ਬਹੁਤਾ ਧਨ ਪਦਾਰਥ ਵੀ ਹੋਣ, ਪਰ ਜ਼ਿੰਦਗੀ ਵੀ ਸੁੱਖ ਨਾ ਹੋਵੇ। ਸਾਧ ਸੰਗਤ ਜੀ, ਮਨੁੱਖ ਬੜਾ ਯਤਨ ਕਰਦਾ ਹੈ, ਕੋਈ ਨਾ ਕੋਈ ਜ਼ਿੰਦਗੀ ਵਿੱਚ ਹਰ ਸਮੇਂ ਯਤਨਸ਼ੀਲ ਰਹਿੰਦਾ ਕਿ ਮੈਨੂੰ ਸੁੱਖ ਮਿਲੇ, ਕੋਈ ਨਾ ਕੋਈ ਯਤਨ ਕਰਾਂ, ਭਾਵੇਂ ਬਹੁਤਾ ਵੀ ਪੈਸਾ ਕਿਉਂ ਨਾ ਲਾਉਣਾ ਪੈ ਜਾਵੇ। ਹਰ ਕੋਈ ਸੁੱਖ ਹੀ ਭਾਲਦਾ ਹੈ ਨਾ, ਦੁੱਖ ਥੋੜ੍ਹਾ ਕੋਈ ਲੱਭਦਾ। ਦੁੱਖਾਂ ਤੋਂ ਰਾਹਤ ਜ਼ਰੂਰ ਪ੍ਰਾਪਤ ਕਰਨ ਵਾਸਤੇ ਮਨੁੱਖ ਸੋਚਦਾ, ਚਿਤਵਦਾ ਰਹਿੰਦਾ, ਹਰ ਸਮੇਂ ਯਤਨ ਕਰਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਐਸੇ ਵਾਹਿਗੁਰੂ ਜੀ ਦੇ ਭਗਤੀ ਦੇ ਭੰਡਾਰੇ ਨੂੰ ਪਾਉਣ ਵਾਲੇ, ਪਰਮੇਸ਼ਰ ਦੇ ਨਾਮ ਖਜ਼ਾਨੇ ਦੀ ਪ੍ਰਾਪਤੀ ਕਰਨ ਵਾਲੇ ਵੱਡੇ ਵੱਡੇ ਧਨਾੜ ਪੁਰਖਾਂ ਨੂੰ ਵੀ ਆੜ ਆਸਰਾ ਰੂਪ ਹੋ ਕਰਕੇ ਵਰਤਦੇ ਹਨ। ਹੋ
ਬਹੁਤ ਜਿਨ੍ਹਾਂ ਨਾ ਚੀਰ, ਚੀਰ ਨਾਮ ਕੱਪੜੇ ਦਾ, ਜਿਨ੍ਹਾਂ ਨੂੰ ਤਨ 'ਤੇ ਕੱਪੜਾ ਵੀ ਪਾਉਣ ਦੇ ਵਾਸਤੇ ਨਸੀਬ ਨਹੀਂ ਹੁੰਦਾ, ਪਰ ਪਰਮਾਤਮਾ ਨੇ ਹਿਰਦੇ ਕਰਕੇ ਉਹਨਾਂ ਨੂੰ ਇੰਨਾ ਅਮੀਰ ਬਣਾ ਦਿੱਤਾ, ਪ੍ਰਤੱਖ ਬਹੁਤੇ ਪੈਸੇ ਵਾਲੇ ਕਰੋੜਾਂਪਤੀ ਅਰਬਾਂਪਤੀ ਵੀ ਉਹਨਾਂ ਦੀ ਬਰਾਬਰਤਾ ਨਹੀਂ ਕਰ ਸਕਦੇ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਦਾ ਖਜ਼ਾਨਾ ਹੈ। ਸਾਧ ਸੰਗਤ ਇੰਨੇ ਅਮੀਰ ਹਨ ਉਹ ਹਿਰਦੇ ਕਰਕੇ, ਕੋਈ ਵੀ ਸੰਸਾਰ ਭਰ ਦਾ ਅਮੀਰ ਪੁਰਖ ਉਹਨਾਂ ਦੀ ਬਰਾਬਰਤਾ ਨਹੀਂ ਕਰ ਸਕਦਾ, ਉਹਨਾਂ ਦੇ ਸਮਸਤ ਨਹੀਂ ਪੁੱਜ ਸਕਦਾ। ਖਲ ਮੁਗਧ ਮੂੜ ਕਠਾ ਕਿਸਰੀ ਧਰ, ਹੇ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੋ। ਖਲ ਮਹਾਰਾਜ, ਅਸੀਂ ਮੂਰਖ ਹਾਂ, ਜੋ ਬਾਣੀ ਕਰਕੇ ਮਹਾਰਾਜ ਸਾਨੂੰ ਬੋਲਣ ਦੀ ਵੀ ਜਾਚ ਨਹੀਂ ਹੈ, ਹੁਣ ਬੇਨਤੀ ਕਰਨ ਦੀ ਜਾਚ ਦੱਸਦੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ। ਹੇ ਗਰੀਬਨ ਵਾਜ, ਖਲ ਮੁਗਧ ਮੂੜ ਕਟਾ ਖੇ ਸ੍ਰੀ ਧਰ, ਹੇ ਪਰਮੇਸ਼ਰ, ਅਸੀਂ ਬੋਲਣ ਦੇ ਵੀ ਸਾਨੂੰ ਮਹਾਰਾਜ ਜਾਚ ਨਹੀਂ, ਇਸ ਕਰਕੇ ਖਲ ਹਾਂ ਅਤੇ ਮੁਗਧ ਮਹਾਰਾਜ ਮਹਾਂਮੂਰਖ ਹਾਂ, ਸਾਨੂੰ ਜੀਵਨ ਜੁਗਤੀ ਦੀ ਦਾਤ ਨਹੀਂ ਅਜੇ ਤੱਕ ਪ੍ਰਾਪਤ ਹੋ ਸਕੀ। ਅਤੇ ਫਿਰ ਮਹਾਰਾਜ ਮੂੜ ਹਾਂ, ਵੱਡੇ ਬੇਸਮਝ ਹਾਂ, ਕਿਉਂਕਿ ਸਾਨੂੰ ਨਾਮ ਜਪਣ ਦੀ ਦਾਤ, ਹੇ ਗਰੀਬਨ ਵਾਜ, ਅਜੇ ਦੁਬਧਾ ਤੋਂ ਨਿਕਲ ਕਰਕੇ ਆਜ਼ਾਦ ਨਹੀਂ ਅਸੀਂ ਹੋ ਸਕੇ, ਵੇਦਾਂ ਸ਼ਾਸਤਰਾਂ ਨੂੰ ਮਹਾਰਾਜ ਅਸੀਂ ਜਾਣਨ ਦੇ ਯੋਗ ਨਹੀਂ ਹੋ ਸਕੇ। ਇਸ ਲਈ ਮਹਾਰਾਜ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਅਸੀਂ ਮਹਾਰਾਜ ਖਲ ਹਾਂ, ਮੂੜ ਹਾਂ, ਬੇਸਮਝ ਹਾਂ, ਆਪ ਕਟਾ ਕੇ ਸ੍ਰੀ ਧਾਰ। ਹੇ ਸ਼੍ਰੋਮਣੀ ਪਰਮਾਤਮਾ, ਸ੍ਰੀ ਮਾਇਆ ਦੇ ਧਾਰਨ ਕਰਨ ਵਾਲੇ ਪਰਮੇਸ਼ਰ, ਸਾਡੇ 'ਤੇ ਕਿਰਪਾ ਦ੍ਰਿਸ਼ਟੀ ਧਾਰਨ ਕਰ ਦੇਵੋ। ਭਏ ਗੁਣ ਮਤ ਧੀਰ, ਮਹਾਰਾਜ ਜਿਨ੍ਹਾਂ 'ਤੇ ਆਪ ਜੀ ਨੇ ਕਿਰਪਾ ਕੀਤੀ ਹੈ ਨਾ, ਉਹ ਸਿਰੇ ਦੇ ਭਾਵੇਂ ਸੰਸਾਰ ਦੇ ਮੂਰਖ ਜੀਵ ਸਨ, ਬੇਸਮਝ ਕਹੇ ਜਾਂਦੇ ਸਨ, ਪਰ ਭਏ ਗੁਣ ਮਤ ਧੀਰ, ਮਹਾਰਾਜ ਉਹਨਾਂ ਨੂੰ ਆਪ ਜੀ ਨੇ ਧੀਰਜ ਧਾਰੀ ਬਣਾ ਦਿੱਤਾ, ਚੰਗੀ ਆਤਮ ਛੈਣੀ ਬੁੱਧ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਚੰਗੇ ਗੁਣਵਾਨ ਬਣਾ ਦਿੱਤਾ, ਜਿਨ੍ਹਾਂ 'ਤੇ ਆਪ ਜੀ ਦੀ ਕਿਰਪਾ ਹੋ ਗਈ ਹੈ। ਇਹ ਸਤਿਗੁਰਾਂ ਦਾ ਬਿਰਧ ਹੈ ਸੰਗਤ ਜੀ। 8ਵੇਂ ਜਾਮੇ ਅੰਦਰ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜੀ, ਜੋ ਅੰਬਾੜੇ ਦੇ ਕੋਲ ਪੰਜੋਖਰਾ ਸਾਹਿਬ ਪਾਵਨ ਅਸਥਾਨ ਹੈ, ਜਿੱਥੇ ਲਾਲ ਚੰਦ ਪੰਡਿਤ ਨੇ ਮਨ ਵਿੱਚ ਹੰਕਾਰ ਕੀਤਾ ਸੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਨਾਮ ਸੁਣ ਕਰਕੇ। ਸਤਿਗੁਰਾਂ ਨੇ ਉਹਦਾ ਮਾਣ ਤੋੜਿਆ, ਹੰਕਾਰ ਤੋੜਿਆ ਸੀਗਾ। ਗਰੀਬਨ ਵਾਜ, ਧੰਨ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ 'ਤੇ ਸ਼ੰਕਾ ਕੀਤਾ ਸੀ ਲਾਲ ਚੰਦ ਪੰਡਿਤ ਨੇ, ਕਹਿੰਦਾ ਮਹਾਰਾਜ ਦੁਆਪਰ ਯੁੱਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਭਗਵਾਨ ਜੀ ਹੋਏ ਨੇ, ਉਹਨਾਂ ਦੇ ਨਾਲੋਂ ਵੀ ਆਪ ਜੀ ਨੇ ਵੱਡਾ ਨਾਮ ਲਿਖਾ ਲਿਆ, ਨਾਲ ਹਰ ਸ਼ਬਦ ਲਿਖਾਏ ਆ, ਉਹਨਾਂ ਵਰਗੇ ਗੁਣ ਤੁਹਾਡੇ ਵਿੱਚ ਹੈ ਨਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖ ਲੈ ਤੇਰੇ ਮਨ ਵਿੱਚ ਕੀ ਹੈ, ਪਰਖ ਕਰਨੀ ਹੈ ਤਾਂ ਕਰਕੇ ਦੇਖ ਲੈ। ਅਤੇ ਸਾਧ ਸੰਗਤ ਜੀ, ਪਰਖ ਕਰਨ ਦੇ ਵਾਸਤੇ ਮਹਾਰਾਜ ਸਾਹਿਬ ਜੀ ਨੂੰ ਕਹਿੰਦਾ, ਜਿਹੜੇ ਉਹਨਾਂ ਦੀ ਉਚਾਰਨ ਕੀਤੀ ਹੋਈ ਗੀਤਾ ਉਹਦੇ ਅਰਥ ਕਰਕੇ ਸੁਣਾ ਸਕਦੇ ਹੋ, ਫਿਰ ਮੈਂ ਮੰਨਾਂਗਾ ਕਿ ਤੁਹਾਡਾ ਨਾਮ ਸਫਲ ਹੈ। ਤੁਸੀਂ ਹੁਣ ਕਲਯੁੱਗ ਦੇ ਸਮੇਂ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣਾ ਨਾਮ ਰਖਾਇਆ, ਇਹ ਸਫਲਾ, ਇਹ ਸੱਚਾ ਹੈ, ਜੇ ਉਹਨਾਂ ਦੇ ਉਚਾਰਨ ਕੀਤੀ ਹੋਈ ਗੀਤਾ ਦੇ ਅਰਥ ਕਰਕੇ ਸੁਣਾ ਦੇਵੋਗੇ। ਅਤੇ ਮਹਾਰਾਜ ਸਾਹਿਬ ਜੀ ਨੇ ਵਿਚਾਰ ਕੀਤੇ, ਜੇ ਅਸੀਂ ਅਰਥ ਕਰਕੇ ਸੁਣਾ ਦਿੱਤੇ ਫਿਰ ਵੀ ਪੰਡਿਤ ਦੇ ਮਨ ਵਿੱਚ ਸ਼ੰਕਾ ਰਹਿ ਜਾਵੇਗਾ, ਇਸ ਲਈ ਮਹਾਰਾਜ ਜੀ ਨੇ ਬਚਨ ਕੀਤਾ, ਹੇ ਲਾਲ ਚੰਦ ਪੰਡਿਤ, ਜਿਸ ਵੀ ਕਿਸੇ ਨੂੰ ਪੁਰਖ ਨੂੰ ਕਿਸੇ ਵੀ ਮਨੁੱਖ ਨੂੰ ਲੈ ਕੇ ਆ ਜਾਵੇ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਦੀ ਤੋਂ ਅਰਥ ਕਰਵਾ ਦੇਵਾਂਗੇ। ਨਗਰ ਦੇ ਵਿੱਚ ਗਿਆ,
ਉੱਥੇ ਸਾਧ ਸੰਗਤ ਜੀ ਕੰਨਾਂ ਤੋਂ ਬੋਲਾ ਅਤੇ ਜ਼ੁਬਾਨ ਤੋਂ ਗੂੰਗਾ। ਭਾਈ ਸ਼ਿਜੂ ਜੀ ਚੀਵਰ ਜਾਤੀ ਦੇ ਸਨ, ਉਹਨਾਂ ਨੂੰ ਬਾਹੋਂ ਫੜ ਕੇ ਲੈ ਆਉਂਦਾ, ਨਾ ਤਾਂ ਬੋਲ ਸਕਦੇ ਨਾ ਕੰਨਾਂ ਤੋਂ ਸੁਣ ਸਕਦੇ, ਅਤੇ ਨਾਲੇ ਹੱਸਦਾ ਆਉਂਦਾ ਕਿ ਹੁਣ ਤਾਂ ਮੇਰੀ ਹੀ ਜਿੱਤ ਹੋਵੇਗੀ, ਹੁਣ ਕਿੱਦਾਂ ਅਰਥ ਕਰਕੇ ਸੁਣਾਵੇਗਾ। ਮਹਾਰਾਜ ਜੀ ਨੇ ਵਚਨ ਤਾਂ ਬੜਾ ਵੱਡਾ ਕਰ ਦਿੱਤਾ, ਪਰ ਸਤਿਗੁਰੂ ਜੀ ਦੀ ਹਾਰ ਹੋਵੇਗੀ, ਮੈਂ ਜਿੱਤ ਜਾਵਾਂਗਾ। ਪਰ ਐਸਾ ਸੋਚ ਸਕਦਾ ਸੀ, ਕਰ ਨਹੀਂ ਸੀਗਾ ਨਾ ਸਕਦਾ। ਸੋਚਦਾ ਹੋਇਆ, ਖੁਸ਼ ਹੁੰਦਾ ਹੋਇਆ, ਬੜਾ ਮੁਸਕਰਾਉਂਦਾ ਹੋਇਆ ਆ ਰਿਹਾ। ਅਤੇ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਭਾਈ ਛਿਜੀ ਜੀ ਨੂੰ ਲੈ ਕਰਕੇ ਆਇਆ ਨਾ, ਜਿਸ ਚੂੜੇ ਵਿੱਚ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨ ਧੋਤੇ ਸਨ, ਉਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਵਚਨ ਕੀਤਾ, ਇਹਦਾ ਇਸ ਦਾ ਇਸ਼ਨਾਨ ਕਰਾ ਕਰਕੇ ਲਿਆਵੋ। ਗਰੀਬ ਨਿਵਾਜ ਸਤਿਗੁਰਾਂ ਨੇ ਆਪਣੇ ਹੱਥਾਂ ਵਿੱਚ ਇੱਕ ਛੜੀ ਪਕੜੀ ਹੋਈ ਸੀ, ਉਹ ਭਾਈ ਛਿਜੂ ਜੀ ਦੇ ਸੀਸ 'ਤੇ ਰੱਖੀ ਹੈ, ਅਤੇ ਸਾਰੀਆਂ ਵਿੱਦਿਆਂ ਸਫੁਰਨ ਲੱਗ ਪਈਆਂ, ਸਾਰੀਆਂ ਵਿੱਦਿਆਂ। ਅਤੇ ਉਸੇ ਸਮੇਂ ਲਾਲ ਚੱਟ ਪੰਡਿਤ ਦੇ ਸਨਮੁਖ ਹੋ ਕਰਕੇ ਬਚਨ ਕਰਦੇ ਨੇ, ਕਸਮਨੰਗ ਸ਼ਾਸਤਰ ਅਧੀਤੰਗ, ਹੇ ਪੰਡਿਤ ਜੀ ਕਿਹੜੇ ਸ਼ਾਸਤਰ ਦੇ ਵਿੱਚੋਂ ਮੇਰੇ ਨਾਲ ਤੁਸੀਂ ਚਰਚਾ ਕਰਨੀ ਚਾਹੁੰਦੇ ਹੋ? ਅਤੇ ਜਦੋਂ ਇਹ ਬਚਨ ਸੁਣੇ ਤਾਂ ਸਰੀਰ 'ਤੇ ਪਹਿਲਾਂ ਕੰਬਣ ਲੱਗ ਪਿਆ, ਤਰੇਲੀਆਂ ਆਉਣ ਲੱਗ ਪਈਆਂ, ਕਿ ਇਹ ਤਾਂ ਮੁੱਖ ਤੋਂ ਜ਼ੁਬਾਨ ਤੋਂ ਗੂੰਗਾ ਸੀ, ਕੰਨਾਂ ਤੋਂ ਬੋਲਾ ਸੀ, ਬੋਲਣ ਕਿਵੇਂ ਲੱਗ ਪਿਆ? ਇਹ ਤਾਂ ਸੁਣ ਹੀ ਨਹੀਂ ਸੀ ਸਕਦਾ, ਸੁਣਨ ਕਿਵੇਂ ਲੱਗ ਪਿਆ? ਸਾਧ ਸੰਗਤ ਜੀ, ਤਰੇਲੀਆਂ ਤਾਂ ਪਹਿਲਾਂ ਹੀ ਉਹਨੂੰ ਆਉਣ ਲੱਗ ਪਈਆਂ ਸਨ। ਫਿਰ ਇੱਕ ਦੋ ਸਲੋਕ ਗੀਤਾ ਦੇ ਪਾਠ ਪੜ੍ਹੇ, ਅਤੇ ਇੱਕ ਇੱਕ ਸਲੋਕ ਦੇ ਕਿੰਨੇ ਕਿੰਨੇ ਅਰਥ ਕਰ ਕਰਕੇ ਸੁਣਾਏ ਭਾਈ ਛਿਜੂ ਜੀ ਨੇ। ਫਿਰ ਉਹ ਲਾਲ ਚੰਦ ਪੰਡਿਤ ਤਾਂ ਮਾਨ ਤੋੜਿਆ, ਹੰਕਾਰ ਦੂਰ ਕੀਤਾ, ਸਤਿਗੁਰਾਂ ਦੇ ਚਰਨਾਂ 'ਤੇ ਢਹਿ ਕਰਕੇ ਪੈ ਗਿਆ, ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਨੂੰ ਬਖਸ਼ ਲਓ, ਮਹਾਰਾਜ ਮੇਰੇ ਤੋਂ ਭੁੱਲ ਹੋ ਗਈ, ਮੈਂ ਆਪ ਜੀ ਦੀ ਸ਼ਕਤੀ ਨੂੰ ਜਾਣ ਨਹੀਂ ਸਕਿਆ, ਅਥਾਹ ਆਪ ਜੀ ਸ਼ਕਤੀਆਂ ਦਾ ਸਮੁੰਦਰ ਹੋ, ਕਿਰਪਾ ਕਰਕੇ ਮੈਨੂੰ ਬਖਸ਼ ਲਓ। ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਭਾਵੇਂ ਕੋਈ ਮੂਰਖ ਹੋਵੇ, ਮੁਗਧ ਹੋਵੇ, ਮੂੜ ਹੋਵੇ, ਪਰ ਸਤਿਗੁਰੂ ਜੀ ਜਿਸ ਜੀਵ 'ਤੇ ਕਿਰਪਾ ਕਰ ਦਿੰਦੇ ਆ ਨਾ, ਭਏ ਗੁਣ ਮਤ ਧੀਰ, ਮਤ ਕਰਕੇ ਧੀਰਜ ਧਾਰੀ ਬਣ ਜਾਂਦਾ ਹੈ, ਫਿਰ ਉਹਦੇ ਹਿਰਦੇ ਅੰਦਰ ਸ਼ੁਭ ਗੁਣਾਂ ਦੀ ਦਾਤ ਆ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਜਿਸ ਜੀਵ 'ਤੇ ਕਿਰਪਾ ਧਾਰਨ ਕਰ ਦਿੰਦੇ ਹਨ, ਜੀਵਨ ਮੁਕਤ ਜਗਦੀਸ਼ ਜਪ ਮਨ। ਹੇ ਮੇਰੇ ਪਿਆਰੇ ਮਨਾ, ਜਗਤ ਦਾ ਈਸ਼ਵਰ ਜੋ ਮਾਲਕ ਪਰਮਾਤਮਾ ਹੈ, ਉਸ ਪਰਮੇਸ਼ਰ ਦਾ ਜਾਪ ਕਰਿਆ ਕਰ, ਜਪਣੇ ਯੋਗ ਪਰਮੇਸ਼ਰ ਦਾ ਜਾਪ ਕਰਿਆ ਕਰ, ਜਿਹੜਾ ਵਿਕਾਰਾਂ ਨੂੰ ਜਪਤ ਕਰ ਦੇਣ ਵਾਲਾ ਪਰਮੇਸ਼ਰ ਦਾ ਜਾਪ ਹੈ, ਉਸ ਵਾਹਿਗੁਰੂ ਦਾ ਜਾਪ ਕਰ। ਧਾਰ ਹਿਰਦ ਪ੍ਰਤੀਤ, ਫਿਰ ਹਿਰਦੇ ਅੰਦਰ ਪ੍ਰਤੀਤ ਭਰੋਸਾ ਵੀ ਧਾਰਨ ਕਰ, ਜੇ ਨਾਮ ਜਪਣਾ ਅਤੇ ਭਰੋਸਾ ਹੋਣਾ ਵੀ ਬਹੁਤ ਜ਼ਰੂਰੀ ਹੈ। ਜਿਵੇਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਾਉਂਦੇ ਆ ਨਾ ਸੰਗਤ ਜੀ, ਵਿਸ਼ਵਾਸ ਤੋਂ ਬਿਨਾਂ, ਭਰੋਸੇ ਤੋਂ ਬਿਨਾਂ ਪੂਰਾ ਪੂਰਾ ਲਾਭ ਨਹੀਂ ਖੱਟਿਆ ਜਾਂਦਾ। ਜਿਨ੍ਹਾਂ ਨੇ ਭਰੋਸਾ ਧਾਰਨ ਕੀਤਾ ਹੈ ਨਾ, ਮਹਾਰਾਜ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਉਹਨਾਂ ਦੇ ਕਾਰਜ ਸਵਾਰੇ ਹੈ। ਭਾਈ ਮੱਖਣ ਸ਼ਾਹ ਲਬਾੜਾ ਅਜੇ ਦਰਸ਼ਨ ਵੀ ਨਹੀਂ ਕੀਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਸਮੁੰਦਰ ਦੇ ਵੀ ਸਾਧ ਸੰਗਤ ਜੀ ਬੇੜਾ ਅਟਕਿਆ ਹੋਇਆ, ਬਰੇਤੇ ਕਰਕੇ ਕਿੰਨੇ ਹੀ ਸੈਂਕੜੇ ਸਾਧ ਸੰਗਤ ਜੀ ਸਿਪਾਹੀ ਅਹਿਲਕਾਰ ਨੌਕਰ ਚਾਕਰ ਸਨ, ਬੜਾ ਜ਼ੋਰ ਲਾ ਲਾ ਕਰਕੇ ਦੇਖ ਲਿਆ, ਪਰ ਨਹੀਂ ਕੋਈ ਵਾਪਿਸ ਗਏ, ਕਿੰਨੇ ਦਿਨ ਉੱਥੇ ਸਮੁੰਦਰ ਦੇ ਵਿੱਚ ਹੀ ਲੰਘ ਗਏ ਸਨ। ਗਰੀਬ ਨਿਵਾਜ ਸਤਿਗੁਰੂ ਜੀ ਨੂੰ ਯਾਦ ਕੀਤਾ, ਹੇ ਮਹਾਰਾਜ ਸੱਚੇ ਪਾਤਸ਼ਾਹ, ਗਲ ਵਿੱਚ ਪੱਲਾ ਪਾ ਕਰਕੇ ਹੱਥ ਜੋੜ ਕੇ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੀ ਰੱਖਿਆ ਕਰੋ, ਮੇਰਾ ਬੇੜਾ ਪਾਰ ਲਾ ਦੇਵੋ।
ਅਤੇ ਉਸ ਸਮੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭੂਰਾ ਸਾਹਿਬ ਵਾਲਾ ਅਸਥਾਨ ਹੈ ਜੋ ਬਾਬਾ ਬਕਾਲਾ ਸਾਹਿਬ ਆ ਸਾਧ ਸੰਗਤ ਜੀ ਜਿਸ ਅਸਥਾਨ 'ਤੇ ਅੱਜ ਦੇ ਸਾਡੇ ਪ੍ਰਚਾਰਕ ਜਿਹੜੇ ਨਵੇਂ ਪ੍ਰਚਾਰਕ ਵੀਰ ਉਹ ਕਟਾਕਸ਼ ਕਰਦੇ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਭਗਤੀ ਨਹੀਂ ਕੀਤੀ ਕਿਸੇ ਥਾਂ 'ਤੇ ਬੈਠ ਕੇ ਉਹ ਸਾਧ ਸੰਗਤ ਜੀ ਲੰਬੇਰਾ ਸਮਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਅਤੇ ਭੂਰਾ ਸਾਹਿਬ ਅਸਥਾਨ ਉੱਥੇ ਅੰਦਰ ਬੈਠ ਕੇ ਮਹਾਰਾਜ ਸਾਹਿਬ ਜੀ ਨੇ ਭਗਤੀ ਕੀਤੀ ਹੈ ਬੱਚਾ ਬੱਚਾ ਜਾਣਦਾ ਇਸ ਇਤਿਹਾਸ ਨੂੰ ਪਰ ਅੱਜ ਦੇ ਸਾਡੇ ਨਵੇਂ ਪ੍ਰਚਾਰਕ ਵੀਰ ਕਹਿੰਦੇ ਜੀ ਮਹਾਰਾਜ ਨੇ ਭਗਤੀ ਥੋੜ੍ਹਾ ਕੀਤੀ ਉਹਨਾਂ ਨੇ ਪ੍ਰਚਾਰ ਕੀਤਾ ਠੀਕ ਹੈ ਪ੍ਰਚਾਰ ਦੇ ਦੌਰ ਵਿੱਚ ਵੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹੇ ਹੈ ਪਰ ਜੋ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਹੋਇਆ ਹਰ ਇੱਕ ਬੱਚਾ ਬੱਚਾ ਇਸ ਗੱਲ ਨੂੰ ਜਾਣਦਾ ਉਹਨੂੰ ਕਦੇ ਝੁਠਲਾਇਆ ਨਹੀਂ ਜਾ ਸਕਦਾ ਉਸ ਅਸਥਾਨ 'ਤੇ ਮਹਾਰਾਜ ਸੱਚੇ ਪਾਤਸ਼ਾਹ ਅਡੋਰ ਚੌਂਕੜਾ ਲਾ ਕਰਕੇ ਬੈਠੇ ਹੈ ਸਤਿਗੁਰਾਂ ਨੇ ਅੰਤਰ ਧਿਆਨ ਹੋ ਕਰਕੇ ਹੀ ਭਾਈ ਮੱਖਣ ਸ਼ਾਹ ਦੇ ਬੇੜੇ ਨੂੰ ਮੋਢਾ ਲਾ ਕਰਕੇ ਪਾਰ ਕੀਤਾ ਸੀ ਭਰੋਸਾ ਸੀ ਨਾ ਮਹਾਰਾਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੇ ਮਨਾ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰ ਫਿਰ ਧਾਰ ਰਿਦ ਪ੍ਰਤੀਤ ਨਾਲ ਪ੍ਰਤੀਤੀ ਵੀ ਧਾਰਨ ਕਰ ਭਰੋਸਾ ਵੀ ਹੋਣਾ ਬਹੁਤ ਜ਼ਰੂਰੀ ਹੈ ਮਨ ਵਿੱਚ ਵਿਸ਼ਵਾਸ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਮਹਾਰਾਜ ਘਾਟਾ ਮੇਰੇ ਵਿੱਚ ਹੀ ਹੈ ਆਪ ਜੀ ਨੇ ਕਿਰਪਾ ਕਰ ਹੀ ਦੇਣੀ ਹੈ ਅਰਦਾਸ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਕੀਤੀ ਜਾਂ ਕਰਵਾਈ ਹੈ ਮਹਾਰਾਜ ਆਪ ਜੀ ਜ਼ਰੂਰ ਕਿਰਪਾ ਕਰ ਦੇਵੋਗੇ ਮੇਰੇ ਕੋਈ ਔਗਣ ਹਨ ਮੇਰੇ ਅੰਦਰ ਹੀ ਮਹਾਰਾਜ ਘਾਟਾ ਹਨ ਆਪ ਜੀ ਸਰਬ ਕਲਾ ਸਮਰੱਥ ਹੋ ਮਹਾਰਾਜ ਕਹਿੰਦੇ ਨਾਲ ਨਾਲ ਭਰੋਸਾ ਵੀ ਰੱਖਣਾ ਕਰ ਜੀ ਦਇਆ ਮਾਇਆ ਸਰਬੱਤਰ ਰਮਣੰ ਐਸਾ ਪਰਮੇਸ਼ਰ ਦਾ ਸਰੂਪ ਹੈ ਜੀਵਾਂ 'ਤੇ ਮਾਇਆ ਦਇਆ ਕਰਨ ਵਾਲਾ ਹੇ ਜੀਵ ਤੇਰੇ ਹਿਰਦੇ ਅੰਦਰ ਵੀ ਦਇਆ ਹੋਣੀ ਬਹੁਤ ਜ਼ਰੂਰੀ ਹੈ ਮਾਇਆ ਰਮਣੰ ਅਤੇ ਸਰਬ ਥਾਵਾਂ 'ਤੇ ਸਭ ਜੀਵਾਂ 'ਤੇ ਕਿਰਪਾ ਕਰਨ ਵਾਲਾ ਰਮਿਆ ਹੋਇਆ ਜੋ ਪਰਮੇਸ਼ਰ ਹੈ ਉਹ ਸਭ ਦੇ ਅੰਦਰ ਪਰਮਾਤਮਾ ਵਰਤ ਰਿਹਾ ਹੈ ਇਸ ਲਈ ਮਹਾਰਾਜ ਕਹਿੰਦੇ ਦਇਆ ਵੀ ਧਾਰਨ ਕਰਕੇ ਰੱਖਿਆ ਕਰ ਪਰਮ ਹੰਸ ਹੈ ਰੀਤ ਇਹ ਜਿਹੜੀ ਦਇਆ ਧਾਰਨ ਕਰਨੀ ਹੈ ਨਾ ਜੀਵਨ ਦੇ ਅੰਦਰ ਇਹ ਪਰਮ ਹੰਸਾਂ ਵਾਲੀ ਰੀਤੀ ਮਰਜ਼ਾਦਾ ਹੈ ਜਦੋਂ ਤੱਕ ਸੰਗਤ ਜੀ ਜੀਵ ਦੇ ਹਿਰਦੇ ਅੰਦਰ ਦਇਆ ਨਹੀਂ ਨਾ ਪੈਦਾ ਹੁੰਦੀ ਉਹ ਕਦੇ ਧਰਮੀ ਨਹੀਂ ਬਣ ਸਕਦਾ ਕਿਉਂਕਿ ਧਰਮ ਜੋ ਹੈ ਨਾ ਇਹ ਦਇਆ ਦੀ ਕੁੱਖ ਦੇ ਵਿੱਚੋਂ ਹੀ ਧਰਮ ਦਾ ਜਨਮ ਹੁੰਦਾ ਸਤਿਗੁਰਾਂ ਦੇ ਅਸੀਂ ਮੁੱਖ ਵਾਕ ਪੜ੍ਹਦੇ ਹਾਂ ਧੌਲ ਧਰਮ ਦਇਆ ਕਾ ਪੂਤ ਇਹ ਦਇਆ ਦੀ ਕੁੱਖ ਦੇ ਵਿੱਚੋਂ ਧਰਮ ਦਾ ਜਨਮ ਹੁੰਦਾ ਅਤੇ ਜੇ ਜੀਵਾਂ ਨੂੰ ਕੋ ਕੋ ਕਰਕੇ ਮਾਰੀ ਜਾਵੇ ਜ਼ਬਾਨ ਦੇ ਚਸਕਿਆਂ ਕਰਕੇ ਉਹ ਧਰਮੀ ਥੋੜ੍ਹਾ ਬਣ ਸਕਦਾ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਪਰਮ ਹੰਸੇ ਰੀਤ ਜੀ ਦਇਆ ਮਇਆ ਸਰਬੱਤਰ ਰਮਣੰ ਸਰਬੱਤਰ ਜੀਵਨ ਦੇ ਅੰਦਰ ਪਰਮਾਤਮਾ ਵਰਤ ਰਿਹਾ ਇਹ ਮਨ ਵਿੱਚ ਭਾਵਨਾ ਬਣਾ ਕਰਕੇ ਜੀਵਾਂ 'ਤੇ ਦਇਆ ਵੀ ਧਾਰਨ ਕਰ ਦੇਤ ਦਰਸ਼ਨ ਸ਼ਰਵਨ ਹਰ ਜਸ ਪਰਮਾਤਮਾ ਜਿਨ੍ਹਾਂ 'ਤੇ ਕਿਰਪਾ ਕਰਦਾ ਹੈ ਨਾ ਸ਼ਰਧਾ ਵਿਸ਼ਵਾਸ ਸ਼ੁਭ ਕੰਨਾਂ ਦੀ ਦਾਤ ਬਖਸ਼ਿਸ਼ ਕਰ ਦਿੰਦਾ ਵਾਹਿਗੁਰੂ ਜੀ ਦਾ ਜਸ ਸਰਵਣ ਕਰਦੇ ਹਨ ਔਰ ਇਸ ਪ੍ਰਕਾਰ ਸਾਧ ਸੰਗਤ ਜੀ ਆਪਣੀ ਰਸਨਾ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਕਰਦੇ ਹੈ ਅਤੇ ਪਰਮਾਤਮਾ ਦੇਤ ਦਰਸ਼ਨ ਉਹਨਾਂ ਨੂੰ ਦਰਸ਼ਨਾਂ ਦੀ ਦਾਤ ਬਖਸ਼ਦਾ ਹੈ ਰਸਨ ਨਾਮ ਉਚਾਰ ਜਿਨ੍ਹਾਂ ਨੇ ਪ੍ਰੀਤ ਰੂਪ ਰਸਨਾ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਅਤੇ ਕੰਨਾਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਸਰਵਣ ਕੀਤਾ
ਵਾਹਿਗੁਰੂ ਨੇ ਆਪ ਕਿਰਪਾ ਕਰਕੇ ਪ੍ਰਤੱਖ ਸਾਕਸ਼ਾਤ ਹੋ ਕਰਕੇ ਦੀਦਾਰ ਬਖਸ਼ੇ ਹਨ। ਅੰਗ ਸੰਗ ਭਗਵਾਨ ਪਰਸਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਹਰੀ ਅਕਾਲ ਪੁਰਖ ਪਰਮੇਸ਼ਰ ਜੀਵਾਂ ਦੇ ਅੰਗ ਸੰਗ ਹੋ ਕਰਕੇ ਨਾਲ ਨਿਭਦਾ ਹੈ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸ਼ਨ ਪਰਸੇ ਹੈ ਨਾ, ਹਜ਼ੂਰ ਕਹਿੰਦੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਉਹਨਾਂ ਦੇ ਅੰਗ ਸੰਗ ਹੋ ਕਰਕੇ ਰੱਖਿਆ ਕਰਦੇ ਹਨ। ਮੇਰਾ ਸਤਿਗੁਰੂ ਰਖਵਾਲਾ ਹੋਵਾ, ਮਹਾਰਾਜ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ। ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਗੋਬਿੰਦ ਨਵਾਂ ਨਿਰੂਆ, ਸਤਿਗੁਰੂ ਜੀ ਕਿਰਪਾ ਕਰਕੇ ਰੱਖਿਆ ਕਰਦੇ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੁਖਾਲੇ, ਉਹਨਾਂ ਦਾ ਜੀਵਨ ਸੁਖਾਲਾ ਬਣ ਜਾਂਦਾ ਹੈ। ਪ੍ਰਭ ਨਾਨਕ ਪਤਿਤ ਉਧਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਪਿਆਰੇ ਪਰਮਾਤਮਾ ਐ ਪ੍ਰਭੂ ਜੀ ਕਿਰਪਾ ਕਰੋ ਮਹਾਰਾਜ, ਸਾਡੇ ਸੰਸਾਰ ਦੇ ਪਤਿਤ ਪਾਪੀ ਜੀਵਾਂ ਦਾ ਕਿਰਪਾ ਕਰਕੇ ਉਧਾਰ ਕਰ ਦੇਵੋ। ਮਹਾਰਾਜ ਅਸੀਂ ਗੁਨਾਹ ਕਰਨ ਵਾਲੇ ਗੁਨਾਹਗਾਰ, ਹੇ ਗਰੀਬ ਨਵਾਜ ਪਾਪ ਕਰਮ ਕਰਨ ਵਾਲੇ ਪਾਪੀ ਹਾਂ, ਪਤਿਤ ਹਾਂ। ਆਪ ਜਿਨ੍ਹਾਂ 'ਤੇ ਕਿਰਪਾ ਕਰ ਦਿੰਦੇ ਉਹਨਾਂ ਪਾਪੀਆਂ ਦਾ ਵੀ ਉਧਾਰ ਹੋ ਜਾਂਦਾ ਹੈ। ਇਸ ਲਈ ਆਪ ਕਿਰਪਾ ਕਰਕੇ ਮਹਾਰਾਜ ਸਾਡਾ ਵੀ ਉਧਾਰ ਕਰ ਦੇਵੋ। ਸਾਨੂੰ ਵੀ ਮਹਾਰਾਜ ਭਵ ਸਾਗਰ ਵਿੱਚ ਡੁੱਬਦੇ ਹੋਇਆਂ ਨੂੰ ਨਾਮ ਦਾ ਬੇੜਾ ਦੇ ਕਰਕੇ ਪਾਰ ਕਰ ਦੇਵੋ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵੱਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਫੁੱਲਾਂ ਦੀ ਖੇਮਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸੰਗਤ ਬਖਸ਼ਣਹਾਰ ਹੋ। ਅਗਾਂਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ, ਦੇਹੋ ਸੱਜਣ ਅਸੀਸੜੀ ਆ, ਜਿਉ ਹੋਵੇ ਸਾਹਿਬ ਸਿਓ ਮੇਲ। ਜੀਵਨ ਮੁਕਤ ਜਗਦੀਸ਼ ਜਪ ਮਨ, ਧਾਰ ਰਿਦ ਪ੍ਰਤੀਤ ਜੀ, ਦਇਆ ਮਾਇਆ ਸਰਵੱਤਰ ਰਮਣ, ਪਰਮ ਹੰਸ ਹੈ ਰੀਤ, ਦੇਤ ਦਰਸ਼ਨ ਸ਼ਰਵਨ ਹਰ ਜਸ, ਰਸਨ ਰਾਮ ਉਚਾਰ, ਅੰਗ ਸੰਗ ਭਗਵਾਨ ਪਰਸਨ, ਪ੍ਰਭ ਨਾਨਕ ਪਤਿਤ ਉਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।